ਹਾਂ, ਜਿਵੇਂ ਕਿ ਤੁਸੀਂ ਜਾਣਦੇ ਆ ਕਿ ਸਾਡੇ ਬਹੁਤ ਮੁੱਦੇ ਆ ਪੰਥ ਦੇ। ਸਾਢੇ 500 ਸਾਲਾ ਜਿਹੜਾ ਆਪਾਂ ਪਿਆਰ ਦੇ ਹਾਲਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਹੈ ਪੂਰੀ ਦੁਨੀਆ ਦੇ ਵਿੱਚ, ਤੇ ਉਸ ਤੋਂ ਬਾਅਦ ਵੱਡੇ ਵੱਡੇ ਐਲਾਨ ਵੀ ਸਰਕਾਰਾਂ ਨੇ ਕੀਤੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਹੋ ਜਾਏਗੀ। 8 ਨਾਂ ਵੀ ਆਏ ਸੀ ਮੁਹਰੇ, ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦਾ, ਤੇ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਵੇਗਾ। ਇੱਕ ਦੋ ਸਿੰਘ ਰਿਹਾ ਹੋਣ ਤੋਂ ਬਾਅਦ ਮਸਲਾ ਅਟਕ ਗਿਆ। ਕਿਉਂ ਅਟਕ ਗਿਆ, ਇਹਦੇ ਵਿੱਚ ਕੀ ਹੋਇਆ, ਕੀ ਗੱਲਬਾਤ ਹੋਈ ਆ, ਉਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੰਗ ਸਿੰਘ ਜੀ। ਭਾਈ ਜੰਗ ਸਿੰਘ ਜੀ ਬਾਰੇ ਦੱਸ ਦੇਵਾਂ ਕਿ ਭਾਈ ਜੰਗ ਸਿੰਘ ਜੀ ਜਿਹੜੇ ਭਾਈ ਲਖਵਿੰਦਰ ਸਿੰਘ ਜੀ ਬੇਅੰਤ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹਨ ਪਿਛਲੇ ਬਹੁਤ ਸਾਲਾਂ ਤੋਂ, ਉਹਨਾਂ ਦੇ ਮਤਲਬ ਰਿਸ਼ਤੇਦਾਰ ਹਨ। ਸੋ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ। ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਜੰਗ ਸਿੰਘ ਜੀ ਆ ਕਹਿੰਦੇ ਆ ਵਾਜੇ ਕੌਮ ਦੇ ਸਟੂਡੀਓ ਦੇ ਵਿੱਚ, ਤੇ ਗੱਲਬਾਤ ਮੁੱਦੇ ਕਾਫੀ ਆ ਤੇ ਉਹਦੇ ਨਾਲ ਤੁਸੀਂ ਜੁੜੇ ਹੋਏ ਆ ਬਹੁਤ ਚਿਰਾਂ ਤੋਂ। ਇਹ ਨਹੀਂ ਕਿ ਹੁਣ ਨਵੇਂ ਜੁੜੇ ਆ, ਬਹੁਤ ਚਿਰਾਂ ਤੋਂ ਬਹੁਤ ਸਾਲਾਂ ਤੋਂ ਜੁੜੇ ਹੋਏ ਆ। ਬੜੀ ਆਸ ਬੱਝ ਗਈ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸ਼ਤਾਬਦੀ ਜਿਹੜੀ ਸਾਡੇ 500 ਸਾਲਾਂ ਮਨਾਈ ਜਾਵੇ, ਉੱਤੇ ਸਿੰਘ ਆਪਣੇ ਘਰੀ ਆ ਜਾਣਗੇ ਤੇ ਮਨ ਨੂੰ ਥੋੜੀ ਜਿਹੜੀ ਆ ਸਿੱਖਾਂ ਦੇ ਜ਼ਖਮਿਆਂ ਦਾ ਤੇ ਮਲਮ ਲੱਗ ਜਾਏਗੀ। ਪਰ ਕੁਝ ਦੋ ਸਿੰਘਾਂ ਨੂੰ ਰਿਹਾ ਕਰਨ ਤੋਂ ਬਾਅਦ ਮਸਲਾ ਉੱਥੇ ਹੀ ਅਟ ਗਿਆ। ਪਹਿਲਾਂ ਤੇ ਇਹਦੇ ਬਾਰੇ ਦੱਸੋ ਵੀ ਕੀ ਹੋਇਆ ਇਹ, ਕਿਉਂਕਿ ਤੁਸੀਂ ਇਹਦੇ ਨਾਲ ਬਹੁਤ ਨੇੜਿਓਂ ਹੋ ਕੇ ਜੁੜੇ ਹੋਏ ਆ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਫਤਿਹ ਹੱਥ ਬੰਨ ਕੇ ਅਰਜ਼ ਹੈ। ਤੇ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਹੈ, 550 ਸਾਲਾ ਪ੍ਰਕਾਸ਼ ਜਿਹੜਾ ਉਤਸਵ ਸੀ ਉਹਦੇ ਤੇ ਭਾਰਤੀ ਸਰਕਾਰ ਨੇ ਐਲਾਨ ਕੀਤਾ ਸੀ ਵੀ ਅਸੀਂ ਜਿਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਸਿੰਘਾਂ ਨੂੰ ਅਸੀਂ ਰਿਹਾਅ ਕਰਨ ਜਾ ਰਹੇ ਹਾਂ, ਉਹਨਾਂ ਸਿੱਖਾਂ ਨੂੰ ਅਸੀਂ ਰਿਹਾਅ ਕਰਨ ਜਾ ਰਹੇ ਹਾਂ। ਹਾਂਜੀ, ਉਹਦੇ ਤੇ ਬੜੀ ਆਸ ਬੱਝੀ ਸੀ ਤੇ ਉਸਦਾ ਸਵਾਗਤ ਵੀ ਸਾਰੀ ਸਿੱਖ ਕੌਮ ਨੇ ਕੀਤਾ ਵੀ ਚਲੋ ਇਸ ਗੱਲ ਤੇ ਬੜਾ ਸਵਾਗਤਯੋਗ ਫੈਸਲਾ, ਚਲੋ ਦੇਰ ਆਏ ਦਰੁਸਤ ਆਏ, ਪਰ ਇਹਨੂੰ ਇਹ ਨਾ ਸਮਝਿਆ ਜਾਂਦਾ ਜਾਵੇ ਵੀ ਨਾਲ ਦੀ ਨਾਲ ਵੀ ਇਹ ਕੋਈ ਉਹਨਾਂ ਦਾ ਸਾਡੇ ਤੇ ਪਰਉਪਕਾਰ ਸੀ ਜਾਂ ਬੜੀ ਸਾਡੇ ਤੇ ਦਿਆਲਤਾ ਸੀ, ਕਿਉਂਕਿ ਇਹ ਜਿਹੜੇ ਸਿੰਘ ਸੀ ਇਹ 25 ਤੋਂ 26 ਸਾਲਾਂ ਦੇ ਅੰਦਰ ਨੇ ਜੇਲ੍ਹਾਂ ਚ, ਅੱਜ ਵੀ ਤੇ ਉਸ ਟਾਈਮ ਵੀ ਇੰਨੇ ਸਾਲ ਹੋ ਚੁੱਕੇ ਸੀ ਤੇ ਸਜ਼ਾਵਾਂ ਸਾਰੀਆਂ ਪੂਰੀਆਂ ਕਰ ਚੁੱਕੇ ਸੀ, ਇਸ ਕਰਕੇ ਕੋਈ ਆਸਾਨ ਨਹੀਂ ਸੀ ਕਰ ਰਹੀ ਸੈਂਟਰ ਸਰਕਾਰ, ਸਿਰਫ ਤੇ ਸਿਰਫ ਆਪਣੀ ਜਿਹੜੀ ਗਲਤੀ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਸੀ। ਅਸੀਂ ਵੀ ਉਹਦਾ ਸਵਾਗਤ ਕੀਤਾ, ਸਾਰੇ ਸਿੱਖ ਜਥੇ ਨੇ ਕੀਤਾ ਤੇ ਉਸ ਤੋਂ ਬਾਅਦ ਸਰਕਾਰ ਦੇ ਜਿੱਥੇ ਪੂਰਾ ਸਿੱਖ ਜਗਤ ਇਹਦੀ ਖੁਸ਼ੀਆਂ ਮਨਾ ਰਿਹਾ ਸੀ, ਪਹਿਲਾਂ ਤਾਂ ਇਹ ਸਾਨੂੰ ਖਬਰਾਂ ਸੀ ਅੰਦਰੋਂ ਕਿ ਗੁਰਪੁਰਬ ਤੇ ਇਹਨਾਂ ਰਿਹਾਈਆਂ ਦਾ ਐਲਾਨ ਹੋਣਾ ਤੇ ਚਿੱਠੀਆਂ ਵੀ ਆਈਆਂ ਸੈਂਟਰ ਦੀ ਹੋਮ ਡਿਪਾਰਟਮੈਂਟ ਤੋਂ, ਚਿੱਠੀ ਵੀ ਜਾਰੀ ਹੋਈ ਜੋ ਮੇਰੇ ਖਿਆਲ ਹੈ ਅਜੇ ਵੀ ਸੋਸ਼ਲ ਮੀਡੀਆ ਤੇ ਉਹ ਘੁੰਮਦੀ ਆ। ਉਹ ਚਿੱਠੀ ਦੇ ਬਾਵਜੂਦ ਵੀ ਚਲੋ ਸੁਨੇਹੇ ਆਏ, ਅੱਜ ਵੀ ਮੈਂ ਦੇਖ ਕੇ ਆਇਆ ਤੇ ਜਿਹੜੀ ਡੀਸੀ ਦਫ਼ਤਰ ਅੱਜ ਵੀ ਉਹ ਜਿਹੜੀ ਪੂਰਨ ਰਿਹਾਈ ਦੀ ਜਿਹੜੀ ਆ ਉਹ ਪਈ ਹੈ, ਸਾਰੀ ਰਿਪੋਰਟ ਪਈ ਹੈ ਕੁਦਰਤੀ, ਅੱਜ ਮੈਂ ਗਿਆ ਸੀ ਡੀਸੀ ਆਫਿਸ, ਅੱਜ ਵੀ ਪਈ ਹੈ ਤੇ ਕਾਰਨ ਇਹ ਰੁਕ ਗਈਆਂ ਤੇ ਰੁਕਣ ਦੇ ਕਾਰਨ ਵੱਡੇ ਬੜੇ ਵੱਡੇ ਨੇ,
ਕਿ ਸਾਨੂੰ ਬਹੁਤ ਅੰਦਰੋਂ ਕਰਸੂਆ ਸੀ, ਚਾਹੇ ਉਹ ਪੰਜਾਬ ਦੇ ਅੰਦਰ ਬੀਜੇਪੀ ਹੈ, ਚਾਹੇ ਉਹਨਾਂ ਦੇ ਲਿੰਕ ਨੇ ਆਪਸ ਵਿੱਚ ਪੰਜਾਬ ਦੇ ਕੁਝ ਐਸੇ ਹਥੈਸ਼ੀ ਬੰਦੇ ਵੀ ਹੈਗੇ ਜਿਹੜੇ ਉਹ ਸਾਰੀ ਖਬਰ ਦੱਸਦੇ ਨੇ। ਜੀ ਸਾਨੂੰ ਇਹ ਖਦਸ਼ਾ ਸੀ ਕਿ ਬੜੀ ਇਹ ਤਰੀਕੇ ਦੀਆਂ ਐਕਸਰਸਾਈਜ਼ ਹੋ ਰਹੀ ਹੈ, ਤੇ ਬੜਾ ਕੁਝ ਇਸ ਤੇ ਹੋਇਆ, ਤੇ ਇਹ ਅਚਾਨਕ ਇਹ ਗੱਲਾਂ ਮੇਰੀਆਂ ਰੁਕ ਗਈਆਂ। ਜਿਹੜੀ ਸਾਨੂੰ ਡਰ ਸੀ, ਜਿਹੜੀਆਂ ਚੀਜ਼ਾਂ ਦਾ ਖਦਸ਼ਾ ਸੀ ਉਹ ਵਾਪਰ ਗਈਆਂ, ਤੇ ਜਿੱਥੇ ਸਾਰਿਆਂ ਸਿੰਘਾਂ ਦੀ ਰਿਹਾਈ ਰੁਕੀ। ਜਿਹੜੇ ਦੋ ਸਿੰਘ ਆਏ ਵੀ ਨੇ, ਭਾਈ ਨੰਦ ਸਿੰਘ ਤੇ ਸ਼ਵੇਕ ਸਿੰਘ, ਉਹ ਵੀ ਕੋਰਟ ਰਾਹੀਂ ਆਏ ਨੇ। ਕੋਰਟ ਰਾਹੀਂ ਉਹਨਾਂ ਦਾ ਮਸਲਾ ਇਹ ਹੋਇਆ ਕਿ ਉਹਨਾਂ ਦੀ ਕੋਰਟ 'ਚ ਡੇਟ ਆ ਗਈ ਸੀ, ਤੇ ਸੁਣਵਾਈ ਦੌਰਾਨ ਚਲੋ ਜੱਜ ਸਾਹਿਬਾਨ ਨੇ ਪੁੱਛਿਆ ਹਾਈ ਕੋਰਟ ਦੇ ਨੇ, ਤੇ ਸਰਕਾਰੀ ਵਕੀਲ ਨੇ ਉੱਥੇ ਦਿੱਤਾ ਐਫੀਡੇਵਿਟ ਦਿੱਤਾ ਜਾਂ ਬਿਆਨ ਦਿੱਤਾ ਵੀ ਸਾਨੂੰ ਅਸੀਂ ਠੀਕ ਹੈ ਜੇ ਕੋਰਟ ਇਹਨਾਂ ਨੂੰ ਦਿੰਦੀ ਹੈ, ਤੇ ਅਸੀਂ ਵੀ ਇਹਨਾਂ ਨੂੰ ਰਿਹਾਈ ਕਰ ਰਹੇ ਹਾਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਇਹਨਾਂ ਨੂੰ ਠੀਕ ਹੈ। ਤੁਸੀਂ ਰਿਹਾ ਕਰ ਦਿੱਤਾ ਜਾਵੇ। ਹਾਂਜੀ ਜੰਗ ਸਿੰਘ ਜੀ, ਜਿੱਦਾਂ ਮਤਲਬ ਹੁਣ ਅੱਜ ਕਿਉਂਕਿ 10 ਦਸੰਬਰ ਆ, ਉੱਨੀ ਹਾਂਜੀ ਸੌ ਅੜਤਾਲੀ ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਮਨੁੱਖੀ ਅਧਿਕਾਰ ਜਿਹੜੀਆਂ ਸੰਸਥਾ ਨੂੰ ਹਾਂਜੀ ਮਤਲਬ ਬਣਾਇਆ ਸੀ, ਤੇ ਅੱਜ ਉਹ ਦਿਵਸ ਨੂੰ ਵੀ ਦੁਨੀਆ ਮਨਾ ਰਹੀ ਆ, ਹਾਂਜੀ ਤੇ ਅਸੀਂ ਅੱਜ ਵੀ ਮਤਲਬ ਜਿਹੜੇ ਮਨੁੱਖੀ ਅਧਿਕਾਰਾਂ ਦੀ ਜੇ ਗੱਲ ਕਰੀਏ, ਵੀ ਇਹ ਮਨੁੱਖੀ ਅਧਿਕਾਰਾਂ ਨੂੰ ਜਿਹੜੇ ਸਭ ਤੋਂ ਵੱਡੇ ਉਲੰਬਰਦਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਆ, ਜੀ ਜਿਨ੍ਹਾਂ ਨੇ ਉਸ ਵੇਲੇ ਮਤਲਬ ਆਪਣੇ ਮਤਲਬ ਮਨੁੱਖੀ ਹੱਕਾਂ ਦੇ ਆਵਾਜ਼ ਉਠਾਈ, ਬਾਬਰ ਨੂੰ ਜਾਬਰ ਵੀ ਕਿਹਾ ਤੇ ਮਨੁੱਖੀ ਹੱਕਾਂ ਦੇ ਹੱਕ ਦੇ ਵਿੱਚ ਲੋਕਾਂ ਦੇ ਨਾਲ ਖੜੇ। ਪਰ ਅੱਜ ਜਿਹੜੀ ਆਸ ਸੀਗੀ, ਜਿੱਦਾਂ ਤੁਸੀਂ ਕਿਹਾ ਵੀ 5.5 ਸਾਲਾਂ ਤੇ ਉਹ ਆਸ ਹੁਣ ਮਤਲਬ ਵਿਛੜਦੀ ਦਿਸ ਰਹੀ ਆ, ਇਹਦੇ ਪਿੱਛੇ ਕੀ ਕਾਰਨ ਹੋਇਆ, ਜਿੱਦਾਂ ਤੁਸੀਂ ਮਾੜਾ ਜਿਹਾ ਜ਼ਿਕਰ ਵੀ ਕਰਨ ਦੀ ਕੋਸ਼ਿਸ਼ ਕੀਤੀ ਆ, ਥੋੜਾ ਖੁੱਲ ਕੇ ਦੱਸੋ ਵੀ ਕਾਰਨ ਕੀ ਆ, ਕਾਹਤੇ ਇਹ ਸਟਾਪ ਲੱਗਿਆ? ਦੇਖੋ, ਬੜੀ ਦੇਰ ਦੀ ਗੱਲ ਹੈ, ਮੈਂ ਅੱਜ ਤੁਹਾਡੇ ਇਸ ਇੰਟਰਵਿਊ ਰਾਹੀਂ ਬੜਾ ਇਹ ਦੱਸ ਰਿਹਾ ਹਾਂ ਕਿ ਅੱਜ ਤੋਂ ਇਹ ਬੜੀ ਦੇਰ ਦੀ ਐਕਸਰਸਾਈਜ਼ ਚੱਲਦੀ ਸੀ। ਸਾਨੂੰ ਇਸ ਗੱਲ ਦਾ ਅਸੀਂ ਸੋਸ਼ਲ ਮੀਡੀਆ ਰਾਹੀਂ ਇਸ਼ਾਰੇ ਵੀ ਕੀਤੇ ਸੀ ਵੀ ਕੁਝ ਲੋਕ ਹੈ ਜਿਹੜੇ ਉਹ ਇਸ ਪਾਸੇ ਚੱਲੇ ਹੋਏ, ਭਾਰਤ ਸਰਕਾਰ ਉਹਨਾਂ ਨੂੰ ਅਪਰੋਚ ਕਰ ਰਹੀ ਹੈ ਏਜੰਸੀਆਂ ਦੇ ਦੁਆਰਾ, ਜਿਹੜੇ ਸੋ ਕਾਲਡ ਖਾਲਿਸਤਾਨੀ ਕਹੇ ਜਾਂਦੇ ਨੇ, ਤੇ ਜਿਹੜੇ 30-30 ਸਾਲ ਆਪਣੇ ਆਪ ਨੂੰ ਖਾਲਿਸਤਾਨ ਦੇ ਅਲੰਬਰਦਾਰ ਕਹਾਉਂਦੇ ਰਹੇ, ਜਿਹੜੇ ਇਹ ਗੱਲਬਾਤ ਸੀ ਵੀ ਅਸੀਂ ਸਾਨੂੰ ਖਾਲਿਸਤਾਨ ਤੋਂ ਘੱਟ ਕੁਛ ਚਾਹੀਦਾ ਹੀ ਨਹੀਂ, ਤੇ ਉਹ ਬੜੇ ਛੇਤੀ ਸੰਪਰਕ 'ਚ ਆ ਗਏ, ਤੇ ਉਹਨਾਂ ਨੇ ਸਾਨੂੰ ਇੰਨਾ ਪਤਾ ਲੱਗਿਆ ਵੀ ਉਹ ਦਿੱਲੀ ਮਹਿਮਾਨ ਬਣ ਕੇ ਰਹੇ, ਤੇ ਸਾਨੂੰ ਵੀ ਪੁੱਛਿਆ ਗਿਆ। ਤੇ ਮੇਰੇ ਅੱਛਾ, ਖਿਆਲ ਬਈ ਇਸ ਗੱਲ, ਹਾਂ ਸਾਨੂੰ ਵੀ ਇਸ ਮੀਟਿੰਗ 'ਚ ਪੁੱਛਿਆ ਗਿਆ ਇੱਕ ਵਾਰ, ਅਸੀਂ ਵੀ ਉੱਥੇ ਗਏ ਹਾਂ। ਸਾਨੂੰ ਵੀ ਅਗਲੇ ਨੇ ਸਪਸ਼ਟ ਜੀ ਕਿਹਾ ਵੀ ਹਾਂ ਇਸ ਗੱਲ ਦਾ, ਅਸੀਂ ਤੁਹਾਨੂੰ ਮੈਂ ਸ਼ਾਇਦ ਪਹਿਲੀ ਵਾਰ ਦੱਸ ਰਿਹਾ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਮੀਡੀਆ ਦਾ ਮਤਲਬ ਤੇ ਇਹੀ ਆ ਵੀ ਕਲੀਅਰ ਗੱਲ ਹੋਵੇ, ਲੋਕਾਂ ਨੂੰ ਪਤਾ ਲੱਗੇ ਸੱਚ ਕੀ ਆ। ਸੱਚ ਇਹ ਹੈ ਜੀ ਬਈ, ਭਾਰਤ ਸਰਕਾਰ ਦੀ ਵੱਖ ਵੱਖ ਏਜੰਸੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਸੀ ਹਾਂਜੀ, ਇਸ ਮਸਲੇ ਤੇ, ਅੱਛਾ ਜੀ, ਤੇ ਉਹਨਾਂ ਠੀਕ ਦੀ ਹੈ, ਬਹੁਤ ਵੱਡੀ ਇੱਕ ਸਾਜਿਸ਼ ਰਚੀ ਗਈ ਕਿ ਕੁਛ ਇਹਦੀ ਐਕਸਰਸਾਈਜ਼ ਯੂਕੇ ਤੋਂ ਲੈ ਕੇ ਕੈਨੇਡਾ ਤੱਕ, ਅਮਰੀਕਾ ਤੱਕ ਦੀ ਐਕਸਰਸਾਈਜ਼ ਹੋਈ ਹੈ, ਤੇ ਅੱਛਾ ਸ਼ਾਇਦ ਜੀ, ਲੋਕਾਂ ਨੂੰ ਨਹੀਂ ਪਤਾ ਕਿ ਬਹੁਤ ਕੈਨੇਡਾ ਦੀ ਧਰਤੀ ਤੇ ਵੀ ਮੀਟਿੰਗਾਂ ਹੋਣ ਜਾ ਰਹੀਆਂ ਸੀ। ਤੇ ਟਰੂਡੋ ਸਰਕਾਰ ਨੇ ਪਿਛਲੇ ਮੇਰੇ ਖਿਆਲ 2016 ਦੀ ਗੱਲ ਹੈ ਜਾਂ 17 ਦੀ, ਟਰੂਡੋ ਸਰਕਾਰ ਦੇ ਭਿਣਕ ਹਾਂ ਲੱਗ ਜੀ, ਗਈ ਇਹ ਕਰਨਾ ਵੀ ਇੱਥੇ ਇਸ ਤਰ੍ਹਾਂ ਦਾ ਇੱਕ ਆਦਮੀ ਜਿਹੜਾ ਭਾਰਤ ਸਰਕਾਰ ਦਾ ਆਇਆ, ਤੇ ਉਹ ਖਾਲਿਸਤਾਨੀ ਜਿਹੜੇ ਗੁੱਟ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹਦੇ ਸੰਬੰਧ 'ਚ ਅੱਛਾ ਟਰੂਡੋ ਜੀ, ਸਰਕਾਰ ਦੀ ਏਜੰਸੀਆਂ ਨੇ ਉਹ ਮੀਟਿੰਗ ਫੇਲ ਕੀਤੀ ਹੈ, ਤੇ 8 ਦਿਨ ਉਹ ਬੰਦਾ ਹਾਂ ਟੋਰਾਂਟੋ ਬੈਠ ਕੇ ਵਾਪਸ ਆ ਗਿਆ, ਠੀਕ, ਤੇ ਉਸ ਤੋਂ ਬਾਅਦ ਅੱਛਾ ਜੀ, ਸਾਡੇ ਨਾਲ ਗੱਲਬਾਤ ਕੀਤੀ ਗਈ।
ਤੇ ਅਸੀਂ ਗਏ ਤੇ ਗੱਲਬਾਤ ਇਹ ਹੋਈ, ਉਹ ਕਹਿੰਦੇ ਵੀ ਆਹ ਫਲਾਣੇ ਗਰੁੱਪ ਸਾਡੇ ਸੰਪਰਕ ਚ ਨੇ, ਫਲਾਣੇ ਗਰੁੱਪ ਸਾਡੇ ਬੰਦੇ ਅੱਛਾ ਜੀ, ਸੰਪਰਕ ਚ ਨੇ ਕਿ ਤੁਹਾਡਾ ਕੀ ਸਵਾਲ ਹੈ। ਸਭ ਤੋਂ ਪਹਿਲਾਂ ਨਾ ਇਹੀ ਪੁੱਛਿਆ ਵੀ ਜਿਹੜੇ ਤੁਹਾਡੇ ਸਿੰਘ ਨੇ, 3 ਸਿੰਘ ਜਿਹਨਾਂ ਤੁਸੀਂ ਗੱਲ ਕਰ ਰਹੇ ਹੋ, ਕੀ ਤੁਸੀਂ ਗਰੰਟੀ ਦਿੰਦੇ ਹੋ ਬਾਹਰ ਬੈਠ ਕੇ ਹਾਂ ਹਾਂ ਚੁੱਪ ਕਰਕੇ ਬੈਠ ਜਾਣਗੇ, ਕਿਸੇ ਠੀਕ, ਪੋਲੀਟੀਕਲ ਐਕਸਰਸਾਈਜ਼ 'ਚ ਹਿੱਸਾ ਨਹੀਂ ਲੈਣਗੇ? ਪੋਲੀਟੀਕਲ ਅੱਛਾ ਠੀਕ, ਸਪਸ਼ਟ ਚਾਹੁੰਦਾ, ਉਹਨਾਂ ਨੇ ਸਾਧੋ ਇਸ ਗੱਲ ਦੀ ਗਰੰਟੀ ਲਈ ਹੈ, ਕਿਸੇ ਵੀ ਪੋਲੀਟੀਕਲ ਪਾਰਟੀ 'ਚ ਦਾਖਲ ਹੋ ਕੇ ਐਕਸਰਸਾਈਜ਼ 'ਚ ਹਿੱਸਾ ਨਹੀਂ ਲੈਣਗੇ, ਕੀ ਤੁਸੀਂ ਇਹ ਗਰੰਟੀ ਦੇ ਸਕਦੇ ਹੋ? ਮੈਂ ਕਿਹਾ ਜੀ ਮੈਂ ਇਹ ਗਰੰਟੀ ਨਹੀਂ ਦੇ ਸਕਦਾ, ਅੱਛਾ ਮੈਂ ਇਸ ਕਰਕੇ ਨਹੀਂ ਗਰੰਟੀ ਦੇ ਸਕਦਾ ਕਿਉਂਕਿ ਸਾਡੇ ਧਰਮ ਦੇ ਵਿੱਚ ਰਾਜਨੀਤੀ ਹੈ, ਅਮੀਰੀ ਤੇ ਪੀਰੀ, ਹਾਂ ਅਸੀਂ ਧਰਮ ਦੀ ਰਾਜਨੀਤੀ ਜਿਹੜੀ ਠੀਕ ਅਸੀਂ ਹੈ ਕਰਦੇ ਹਾਂ, ਤੇ ਉੱਥੇ ਹੀ ਗੁਰਦੁਆਰਾ ਸਾਹਿਬ ਦੀਆਂ ਚੋਣਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਇਹ ਸਾਡੇ ਹਾਂ ਆਪ ਹਾਂ ਸਿੱਖ ਧਰਮ ਦੇ ਸਿਧਾਂਤ ਅਨੁਸਾਰ ਨੇ, ਤੇ ਉਹਨੂੰ ਅਗਰ ਜੇ ਤੁਸੀਂ ਠੀਕ ਸਿਆਸੀ ਕਹਿੰਦੇ ਹੋ ਤਾਂ ਉਹਦੇ ਵਿੱਚ ਹਰ ਸਿੱਖ ਦਾ ਫਰਜ਼ ਹੈ ਤੇ ਉਹ ਗਾਹੇ ਵਗਾਹੇ ਹਿੱਸਾ ਲੈ ਸਕਦਾ, ਗੁਰਦੁਆਰਾ ਚੋਣਾਂ 'ਚ ਹਿੱਸਾ ਲੈ ਸਕਦਾ। ਇਸ ਕਰਕੇ ਅਸੀਂ ਜਿਹੜੇ ਬੰਦੇ ਜੇਲ੍ਹਾਂ 'ਚੋਂ ਛੁੱਟਣੇ ਉਹਨਾਂ ਨੂੰ ਘਰੇ ਅਸੀਂ ਅੰਦਰ ਤਾਂ ਇੱਕ ਜੇਲ੍ਹ 'ਚੋਂ ਕੱਢ ਕੇ ਦੂਜੀ ਜੇਲ੍ਹ 'ਚ ਤਾਂ ਪਾਉਣਾ ਨਹੀਂ, ਇਸ ਕਰਕੇ ਉਹ ਬੜਾ ਆਜ਼ਾਦਾਨਾ ਤੌਰ ਤੇ ਵਿਚਰਨਗੇ, ਆਪਣੀ ਸੋਚ ਦੇ ਮਾਲਕ ਹੋਣਗੇ, ਤੇ ਅਸੀਂ ਇਹ ਗਰੰਟੀ ਨਹੀਂ ਦੇ ਸਕਦੇ। ਤੇ ਉਹਨਾਂ ਨੇ ਕਿਹਾ ਫਿਰ ਤੁਹਾਡੀ ਦੇ ਠੀਕ ਬਾਰੇ ਹੈ ਅਸੀਂ ਵਿਚਾਰ ਕਰਾਂਗੇ, ਤੇ ਵਿਚਾਰ ਕਰਨ ਦਾ ਬੜਾ ਲੰਮਾ ਟਾਈਮ ਲੈ ਲਿਆ, ਤੇ ਸੋ ਪਾਲ ਰਹੇ ਆ ਵੀ ਅਸੀਂ ਉਹ ਜੰਗ ਜੰਗ ਸਿੰਘ ਜੀ, ਇੱਥੇ ਮਤਲਬ ਇਹ ਸਮਝਿਆ ਜਾਵੇ ਵੀ ਜਿਹੜੇ ਤੁਸੀਂ ਵਿਦੇਸ਼ਾਂ ਚੋਂ ਮਤਲਬ ਇੰਗਲੈਂਡ ਤੋਂ ਵੀ ਜਿਹੜੇ ਆ ਆਗੂ ਪਹੁੰਚੇ ਆ, ਉਹਨਾਂ ਨੇ ਇੱਥੇ ਇੰਟਰਵਿਊ ਵੀ ਟੈਲੀਵਿਜ਼ਨਾਂ ਤੇ ਦਿੱਤੀਆਂ ਆ, ਜਸਵੰਤ ਸਿੰਘ ਜੀ ਠੇਕੇਦਾਰ, ਸੇਵਾ ਸਿੰਘ ਲੱਲੀ, ਇਸੇ ਤਰ੍ਹਾਂ ਹੁਣ ਤਾਜੇ ਤਾਜੇ ਰਿਪਦਮਨ ਸਿੰਘ ਜੀ ਕੈਨੇਡਾ ਤੋਂ ਪਹੁੰਚੇ ਆ। ਤੁਸੀਂ ਇਹ ਸਮਝਦੇ ਆ ਵੀ ਉਹਨਾਂ ਦੇ ਨਾਲ ਕੀ ਉਹ ਗੱਲਬਾਤ ਡੀਲ ਹੋਈ ਆ, ਕੋਈ ਗੱਲਬਾਤ ਮਤਲਬ ਸੌਦਾ ਹੋਇਆ ਕੋਈ? ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਬਈ, ਅੱਜ ਮੇਰੇ ਖਿਆਲ ਬਹੁਤ ਸਿੱਖ ਜਗਤ ਨੂੰ, ਬਹੁਤੇ ਨੂੰ ਅੱਜ ਪਤਾ ਲੱਗਿਆ ਵੀ ਇੰਡੀਆ ਆਉਂਦੇ ਨੇ, ਅੱਛਾ ਜਾਂ ਹੁਣ ਪਤਾ ਲੱਗਿਆ ਇੰਡੀਆ ਆਉਂਦੇ, ਇਹ ਬੜੀ ਦੇਰ ਦੇ ਸੰਪਰਕ ਚ ਨੇ ਮੇਰੇ ਖਿਆਲ ਨਾਲ, 1.5 ਤੋਂ 2 ਸਾਲ ਦੇ ਸੰਪਰਕ ਚ ਨੇ, ਤੇ ਮੀਟਿੰਗਾਂ ਦਾ ਅੱਛਾ ਦੌਰ ਜੀ, ਜਿਹੜਾ ਬੜਾ ਲੰਮਾ ਸਮਾਂ ਯੂਕੇ ਤੇ ਕੈਨੇਡਾ ਚੱਲਿਆ, ਯੂਰਪ ਦੇ ਵਿੱਚ ਅੱਛਾ ਜੀ, ਅੰਬੈਸੀਆਂ ਚੱਲਦਾ ਰਿਹਾ। ਹਾਂ ਇਸ ਗੱਲ ਦੀ ਬੜੀ ਬਹੁਤ ਸੰਗਤ ਨੂੰ ਅੱਜ ਪਤਾ ਲੱਗਦਾ, ਲੇਕਿਨ ਅਸੀਂ ਇਹਦੇ ਤੋਂ ਮਤਲਬ 1.5-2 ਸਾਲ ਤੁਹਾਡੇ ਕੋਲ ਪੁਖਤਾ ਸਬੂਤ ਆ ਜਾਂ ਵੈਸੇ ਹੀ ਸੁਣੀਆਂ ਸੁਣਾਈਆਂ ਗੱਲਾਂ ਅਖਬਾਰੀ ਗੱਲਾਂ ਤੋਂ ਕਹਿ ਰਹੇ, ਜਾਂ ਤੁਹਾਡੇ ਕੋਲ ਸਬੂਤ ਆ ਇਹਨਾਂ ਗੱਲਾਂ ਦੇ? ਸਬੂਤ ਜੀ ਇਸ ਤਰ੍ਹਾਂ ਦੇ ਵੀ ਮੈਂ ਹੁਣ ਉਹਨਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ, ਏਜੰਸੀਆਂ ਦੇ ਬੰਦਿਆਂ ਨੂੰ ਮੈਂ ਤੁਹਾਡੇ ਸਾਹਮਣੇ ਤਾਂ ਪੇਸ਼ ਨਹੀਂ ਕਰ ਸਕਦਾ ਕਿਉਂਕਿ ਬਹੁਤ ਵੱਡੇ ਸਰਕਾਰੀ ਅਧਿਕਾਰੀ ਨੇ, ਮੈਂ ਇਸ ਗੱਲ ਦੀ ਠੀਕ ਬਹੁਤਿਆਂ ਨੂੰ ਇਸ ਗੱਲ ਦੀ, ਜਿਹੜਾ ਬਲਵੀਰ ਸਿੰਘ ਬੈਂਸ ਹੈ ਯੂਕੇ ਤੋਂ, ਉਹਨਾਂ ਹਾਂ ਨੂੰ ਤੁਸੀਂ ਬੇਸ਼ੱਕ ਲੈਣ ਤੇ ਲੈ ਸਕਦੇ ਹੋ, ਤੇ ਮੇਰੇ ਨਾਲ ਅੱਜ ਉਹ ਭਾਵੇਂ ਮੈਂ ਇਸ ਗੱਲ ਦੀ ਉਹਨਾਂ ਦੀ ਕੋਈ ਨਿਕਤਾਚੀਨੀ ਨਹੀਂ ਕਰਦਾ, ਪਰ ਭਾਰਤ ਸਰਕਾਰ ਦੇ ਇੱਕ ਬਹੁਤ ਵੱਡੇ NIA ਦੇ ਅਧਿਕਾਰੀ ਮੇਰੇ ਨਾਲ ਪੰਜਾਬ ਭਵਨ ਦੇ ਵਿੱਚ ਮੈਨੂੰ ਉਹਨਾਂ ਲੈ ਕੇ ਗਏ ਪੁੱਛਗਿੱਛ ਦੇ ਬਹਾਨੇ, ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ, ਅੱਛਾ ਉਹ ਜੀ, ਮੈਨੂੰ ਲੈ ਕੇ ਜਾਂਦੇ ਤੇ ਉੱਥੇ ਮੈਂ ਆਪਣਾ ਗਵਰਨਰ ਹਾਊਸ ਪੰਜਾਬ ਭਵਨ ਜਾਂ ਗਵਰਨਰ ਹਾਊਸ ਮੇਰੇ ਨਾਲ ਬੰਦਾ ਸੀ ਹਾਂ ਇੱਕ, ਤੇ ਉਹਨੂੰ ਲੈ ਕੇ ਗਏ ਤੇ ਮੇਰੇ ਨਾਲ ਟਾਈਮ ਫਿਕਸ ਕਰ ਲਿਆ ਜੀ, ਤੁਹਾਨੂੰ ਅਸੀਂ ਪੁੱਛਣਾ ਜੀ। ਮੈਂ ਜੀ ਮੈਨੂੰ ਅੱਛਾ ਮੈਂ 11 ਵਜੇ ਜੇਲ ਆਉਣਾ, ਸ਼ਨੀਵਾਰ ਦਾ ਦਿਨ ਹੈ, ਤੇ ਹਾਂ ਤੁਸੀਂ ਮੈਨੂੰ 11:30 ਵਜੇ ਮੈਂ ਬਾਹਰ ਆ ਜਾਂਦਾ ਜੇਲ ਤੋਂ, ਤੁਸੀਂ ਮੈਨੂੰ ਮਿਲ ਸਕਦੇ ਹੋ, ਠੀਕ ਹੈ, ਤੇ ਮੈਂ 11:30 ਵਜੇ ਬਾਹਰ ਆ ਗਿਆ ਤੇ ਉਹਨਾਂ ਦੇ ਬੰਦੇ ਆਏ ਕਹਿੰਦੇ ਚਲੋ, ਮੈਂ ਨਹੀਂ ਮੈਂ ਆਪਣੀ ਗੱਡੀ ਚਾਹੂੰਗਾ ਤੁਸੀਂ ਅੱਗੇ ਵੀ ਚਲੋ, ਮੈਂ ਪਿੱਛੇ ਪਿੱਛੇ ਆਊਂਗਾ, ਮੈਂ ਪਿੱਛੇ ਹਾਂ ਪਿੱਛੇ ਚਲਾ ਗਿਆ। ਠੀਕ ਮੈਂ ਅਖੀਰ ਉਹ ਜਿਹੜੀ ਹਾਂ ਪੰਜਾਬ ਭਵਨ ਉਹ ਜਾ ਕੇ ਰੁਕ ਗਈ ਆ ਗੱਡੀ, ਚੰਡੀਗੜ੍ਹ ਪੰਜਾਬ ਭਵਨ, ਚੰਡੀਗੜ੍ਹ, ਹਾਂ ਚੰਡੀਗੜ੍ਹ ਪੰਜਾਬ ਭਵਨ ਦੇ ਅੰਦਰ ਗਏ ਤੇ ਉੱਥੇ ਬੈਠ ਗਏ, ਅੰਦਰ ਜਿਹੜਾ ਅੰਦਰ ਕਮਰੇ ਲਾਨ ਬਣਿਆ ਉੱਪਰ ਲੋਬੀ ਚ,
ਉੱਥੇ ਬੈਠੇ, ਉੱਥੇ ਭਾਰਤ ਸਰਕਾਰ ਹਾਂ ਦੇ ਦੋ ਅਧਿਕਾਰੀ ਬੈਠੇ ਨੇ, ਉਹਨਾਂ ਨਾਲ ਹਾਂ ਗੱਲਬਾਤ ਹੋਈ ਹੈ। ਕਹਿੰਦੇ ਤੁਹਾਨੂੰ ਠੀਕ ਹੈ। ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਸ਼ੁਰੂ ਕਰ ਰੱਖਿਆ ਹੈ, ਤੇ ਬੜਾ ਇਸ ਪਾਸੇ ਹਾਂ ਬਾਹਰ ਅੰਦਰ ਮਾਹੌਲ ਹੈ, ਗਰਮ ਹੈ, ਕੁਛ ਵਿਦੇਸ਼ ਬੈਠੇ ਹਾਂ ਹੈ, ਉਹ ਸਿੱਖ ਹੈ, ਇਸ ਵਾਸਤੇ ਐਜੀਟੇਸ਼ਨ ਕਰ ਰਹੇ ਨੇ ਵੱਖ ਵੱਖ ਵੈਸੀਆਂ ਦੇ ਅੰਦਰ, ਵੱਖ ਵੱਖ ਵੈਸੀਆਂ ਦੇ ਅੱਗੇ ਉਹਦਾ ਹਾਂ ਬਹੁਤ ਵੱਡਾ ਇੱਕ ਹੋ ਰਿਹਾ। ਮੈਂ ਹਜੇ ਕਹਿਣਾ ਕੀ ਚਾਹੁੰਦੇ, ਕਹਿੰਦੇ ਵੀ ਕਹਿਣਾ ਇਹ ਹੈ ਕਿ ਠੀਕ ਤੁਸੀਂ ਬਾਕੀ ਸਿੰਘਾਂ ਦੀ ਰਿਹਾਈ ਚਾਹੁੰਦੇ? ਮੈਂ ਬਿਲਕੁਲ ਚਾਹੁੰਦੇ ਹਾਂ। ਕੀ ਹਾਂ ਵੇਸਾ ਮਹਾ ਉਹਨਾਂ ਦੀ ਜਿਹੜੀ ਆ ਉਹ ਸਜ਼ਾ ਪੂਰੀ ਹੋ ਚੁੱਕੀ ਹੈ, ਜਿਹੜੀ ਬਣਦੀ ਸਜ਼ਾ ਕੋਰਟਾਂ ਨੇ ਦਿੱਤੀ ਆ ਪੂਰੀ ਹੋ ਚੁੱਕੀ ਹੈ, ਤੇ ਤੁਹਾਡੇ ਰਿਕਾਰਡ ਦੇ ਅਨੁਸਾਰ ਉਹਨਾਂ ਦੇ ਮੈਰਿਟ ਦੇ ਅਨੁਸਾਰ ਜਿਹਨੂੰ ਸੰਵਿਧਾਨ ਕਹਿੰਦੇ ਤੁਸੀਂ, ਤੇ ਉਹ ਉਸ ਹਿਸਾਬ ਹਾਂਜੀ ਨਾਲ ਉਹ ਮੈਰਿਟ ਦੇ ਨੇ, ਤੇ ਸਜ਼ਾ ਪੂਰੀ ਹੋ ਚੁੱਕੀ ਹੈ, ਜੇਲ੍ਹ ਦਾ ਅਫੈਂਸ ਕੋਈ ਨਹੀਂ, ਜਿਹੜੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਤੇ ਉਹ ਓਵਰ ਹੋ ਚੁੱਕੀ ਹੈ। ਓਕੇ ਫਿਰ ਉਹਨਾਂ ਨੇ ਕਿਹਾ ਇੱਕ ਤੁਸੀਂ ਠੀਕ ਕੰਮ ਕਰੋ, ਮੈਂ ਜਿਹੜੀ ਗੱਲ ਕਹਿਣਾ ਬੜੀ ਹਾਂ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਇਸ ਗੱਲ ਦਾ ਕਦੇ ਪਰ ਹਾਂ ਮੈਂ ਥੋੜੀ ਥੋੜਾ ਜਿਹਾ ਜ਼ਿਆਦਾ ਨਹੀਂ ਖੁਲਾਸਾ ਕਰੂੰਗਾ ਕਿਉਂਕਿ ਇਹਦੇ ਸਬੂਤ ਨਹੀਂ ਹੁੰਦੇ ਗੱਲਾਂ ਤੇ, ਤੇ ਅੱਜ ਬੰਦਾ ਅਜੇ ਵੀ ਜਿਉਂਦਾ ਠੀਕ ਹੈ ਜਿਹੜੇ ਮੇਰੇ ਨਾਲ ਉੱਥੇ ਗਿਆ ਸੀ, ਕਿਉਂਕਿ ਉਹ ਸਾਹਮਣੇ ਉਹਨਾਂ ਨੇ ਬੜੀ ਦੂਰ ਬਿਠਾਇਆ ਹੋਇਆ ਸੀ, ਤਕਰੀਬਨ ਮੈਂ ਤੋਂ ਠੀਕ ਚਾਰ ਹੈ 500 ਮੀਟਰ ਦੂਰ, ਤੇ ਮੈਂ ਉਹਨਾਂ ਦੇ ਸਾਹਮਣੇ ਬੈਠਾ ਸੀ, ਉਹ ਦੋ ਅਧਿਕਾਰੀ ਮੈਥੋਂ ਕਰ ਰਹੇ ਸੀ ਗੱਲਬਾਤ, ਤੇ ਉਹਨਾਂ ਨੇ ਇੱਕ ਬੜੀ ਠੀਕ ਹੈ ਅਚੰਭੇ ਵਾਲੀ ਗੱਲ ਕਰੀ ਕਿ SOPW ਨੂੰ ਜਾਣਦੇ ਹੋ? ਮੈਂ ਜਾਣਦੇ ਹਾਂ ਜੀ ਬਿਲਕੁਲ। ਹਾਂ ਕਹਿੰਦੇ ਜਦੋਂ ਤੁਹਾਡੀ ਭਾਈ ਲਖਵਿੰਦਰ ਸਿੰਘ ਤੁਹਾਡੇ ਲਖਵਿੰਦਰ ਸਿੰਘ ਦੀ ਪੈਰੋਲ ਹੋਈ ਹੈ ਤੇ ਤੁਹਾਨੂੰ 5 ਲੱਖ ਰੁਪਇਆ ਆਇਆ? ਮੈਂ ਜੀ ਆਇਆ ਬਿਲਕੁਲ ਦਿੱਤਾ ਬਾਈ ਬੈਂਕ ਆਇਆ। ਹਾਂ ਤੇ ਠੀਕ ਕਿਹਨੇ ਦਿੱਤਾ? ਮੈਂ ਜੀ ਬਲਵੀਰ ਸਿੰਘ ਬੈਂਸ SOPW ਦੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇਹ ਆਈ ਹੈ, ਹਾਂਜੀ ਉਹਨਾਂ ਨੂੰ ਸੂਚਨਾ ਦਿੱਤੀ। ਇਹਦਾ ਹਿਸਾਬ ਮੈਂ ਹਾਂ ਹਜੇ ਹਿਸਾਬ ਇਹ ਹੈ ਵੀ ਮੈਂ ਜਿਹੜਾ ਤੁਸੀਂ ਮੈਨੂੰ, ਕਿਉਂਕਿ 2 ਦਿਨ ਪਹਿਲਾਂ ਵੀ ਟੈਲੀਫੋਨ ਤੇ ਗੱਲ ਹੋ ਚੁੱਕੀ ਸੀ ਕਿ ਤੁਸੀਂ ਲੈ ਕੇ ਆਇਓ ਸਾਰਾ ਕੁਝ, ਤੇ ਓਕੇ ਮੈਂ ਹਿਸਾਬ ਦਿੱਤਾ ਵੀ ਇੱਦਾਂ ਠੀਕ ਹੈ। ਕਰਕੇ ਅਸੀਂ ਆਹ ਚੈੱਕ ਆ ਜਿਹੜੇ ਉਹ ਬਕਾਇਦਾ ਹਾਂ ਇਹ ਵਕੀਲਾਂ ਨੂੰ ਦਿੱਤੇ, ਆ ਵਕੀਲ ਨੇ ਤੁਸੀਂ ਵਕੀਲਾਂ ਨਾਲ ਜਾ ਕੇ ਗੱਲਬਾਤ ਕਰ ਸਕਦੇ, ਤੇ ਕੁਦਰਤੀ ਉਹਨਾਂ ਨੇ ਸਾਰੇ ਟੈਲੀਫੋਨ ਵਗੈਰਾ ਓਕੇ ਲਿਸਟ ਕੱਢ ਕੇ ਉਹ ਮਿਲਾ ਲਏ, ਤੇ ਵਾਕਿਆ ਹੀ ਉਹ ਗੱਲ ਜੋ ਮੈਂ ਕਹਿ ਰਿਹਾ ਕਹਿ ਹਾਂ ਰਿਹਾ ਸੀ ਉਸ ਤਸੱਲੀ ਹੋਈ, ਕਹਿੰਦੇ ਸਾਨੂੰ ਪਤਾ ਇਹ ਗੱਲ ਅਸੀਂ ਪਹਿਲੇ ਕਰਕੇ ਆਏ, ਤੇ ਫਿਰ ਉਹਨਾਂ ਨੇ ਮੈਨੂੰ ਗੱਲ ਅੱਛਾ ਕਹੀ ਜੀ ਹੈ ਤੁਸੀਂ ਰਿਹਾਈ ਚਾਹੁੰਦੇ ਹੋ ਤੇ ਕੋਰਟ ਤੁਸੀਂ ਹਾਂ ਸੁਪਰੀਮ ਕੋਰਟ 'ਚ ਕੇਸ ਕੀਤਾ? ਮੈਂ ਹਾਂ ਜੀ ਬਿਲਕੁਲ ਕੀਤਾ। ਹਾਂ ਕਹਿੰਦੇ ਸੁਪਰੀਮ ਕੋਰਟ ਠੀਕ ਹੈ ਦਾ ਜਿਹੜਾ ਕੇਸ ਹੈ ਉਹ ਸਾਡੀ ਸਾਡੇ ਤੋਂ ਵੀ ਸੁਪਰੀਮ ਕੋਰਟ ਜ਼ਰੂਰ ਸਾਡਾ ਵਰਜਨ ਪੁੱਛੂਗੀ ਤੇ ਸਾਡਾ ਕੀ ਵਰਜਨ ਹੋਊਗਾ, ਜੇ ਅਸੀਂ ਹਾਂ ਚਾਹੁੰਦੇ ਹਾਂ ਵੀ ਤੁਹਾਡੇ ਹੱਕ 'ਚ ਅਸੀਂ ਵਰਜਨ ਦੇਈਏ ਤਾਂ ਸਾਡਾ ਇੱਕ ਹੈਲਪ ਕਰੋ, ਤੁਸੀਂ ਸਾਡੀ ਹੈਲਪ ਕਰੋ, ਅਸੀਂ ਤੁਹਾਡੀ ਤੇ ਅਸੀਂ ਰਿਹਾਈ ਲਈ ਵਰਜਨ। ਅੱਛਾ ਕਿਹੜੀ ਹੈਲਪ ਸੀ? ਉਹਨਾਂ ਨੇ ਹੈਲਪ ਇਹ ਕੀਤੀ ਵੀ ਤੁਸੀਂ ਜਿਹੜਾ 5 ਲੱਖ ਰੁਪਇਆ ਆਇਆ ਤੇ ਹਾਂ 3,000 ਰੁਪਇਆ ਜਿਹੜਾ ਤੁਹਾਡੇ ਪਰ ਮਹੀਨੇ ਮੰਥ ਜਿਹੜਾ ਤੁਹਾਨੂੰ 6 ਵਾਰ ਆਇਆ SOPW ਵੱਲੋਂ ਬੈਂਕ ਦੇ ਹਾਂ ਖਾਤੇ 'ਚ, ਵੀ ਉਹਦਾ ਤੁਸੀਂ ਇੱਕ ਲਿਖ ਕੇ ਬਿਆਨ ਦੇਣਾ, ਹਾਂ ਇੱਕ ਕੋਰਟ 'ਚ ਬਿਆਨ ਅੱਛਾ ਦੇਣਾ, ਕੋਰਟ 'ਚ ਬਿਆਨ ਦੇਣਾ, ਤੁਹਾਡਾ ਹਾਂ ਕਦੇ ਸਾਹਮਣੇ ਵੀ ਆਊਗਾ ਕੋਰਟ ਦੇ ਅੰਦਰ, ਤੁਸੀਂ ਕੋਰਟ ਦੇ ਅੱਛਾ ਸਾਹਮਣੇ ਜੀ ਬਿਆਨ ਦੇਣਾ, ਜੱਜ ਦੇ ਸਾਹਮਣੇ, ਉਹ ਕਦੇ ਸਾਹਮਣੇ ਨਹੀਂ ਆਊਗਾ। ਉਸ ਤੋਂ ਬਾਅਦ ਬਈ ਹਾਂਜੀ ਬਲਵੀਰ ਸਿੰਘ ਹਾਂ ਬੈਂਸ ਹੈ ਜਿਹੜਾ ਇਹ ਹਾਂ ਸਿੰਘਾਂ ਦੇ ਨਾਮ ਤੇ ਇਹ ਪੈਸੇ ਇਕੱਠੇ ਕਰਦਾ ਹੈ ਤੇ ਇੱਧਰ ਭੇਜਦਾ। ਮੈਂ ਕਿਹਾ ਜੀ ਫੇਰ ਓਕੇ ਮੈਂ ਇਸ ਦੇ ਫਿਰ ਕਿਹਾ ਫਿਰ ਕੀ ਹੋਊ? ਕਹਿੰਦੇ ਅਸੀਂ ਬਲਵੀਰ ਸਿੰਘ ਬੈਂਸ ਨੂੰ UK ਤੋਂ ਡਿਪੋਰਟ ਕਰਨਾ ਚਾਹੁੰਦੇ, ਇਹ 2.5 ਸਾਲ ਦੀ ਗੱਲ ਹੈ, ਅਸੀਂ ਅੱਛਾ ਜੀ ਕਰਾ ਕੇ ਇੰਡੀਆ ਲੈ ਕੇ ਆਉਣਾ ਚਾਹੁੰਦੇ। ਮੈਂ ਫੇਰ ਉਸਦਾ ਅੱਛਾ ਜੀ ਤੁਹਾਨੂੰ ਫਿਰ ਇਸ ਦੇ ਬਦਲੇ ਅਸੀਂ ਹਾਂ ਰਿਹਾਈ ਦੇ ਦਾਂਗੇ ਜਿਹੜੇ ਇਹਨਾਂ ਸਿੰਘਾਂ ਤੁਸੀਂ ਗੱਲ ਕਰਦੇ। ਮੈਂ ਜੀ ਇਹਦੇ ਅੱਛਾ ਬਾਰੇ, ਅੱਛਾ ਅੱਛਾ ਮੈਂ ਕਿਹਾ ਜੀ ਮੇਰੇ ਵੱਲੋਂ ਪਹਿਲੀ ਇਹ ਗੱਲ ਹੈ ਵੀ ਜਿਹੜੀ ਰਿਹਾਈ ਹਾਂ ਹੋਣੀ ਆ ਉਹ ਤਕਰੀਬਨ
23 ਸਾਲ ਤੋਂ 20 ਸਾਲ ਤੋਂ ਉਸ ਟਾਈਮ 23 ਸਾਲ ਹੋ ਗਏ ਸੀ, 23 ਸਾਲ ਤੋਂ ਸਿੰਘ ਅੰਦਰ ਨੇ, ਹਾਂ ਤੇ ਜੇ 2-4 ਸਾਲ ਠੀਕ ਤੁਸੀਂ ਹੋਰ ਵੀ ਰੱਖ ਲਓਗੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਹਾਂ ਅਸੀਂ ਡਰ ਗਏ ਆ ਜਾਂ ਉਹ ਕਰ ਗਏ ਆ। ਵੀ ਬਲਬੀਰ ਸਿੰਘ ਬੈਂਸ ਇੱਕ ਐਜ ਏ ਸਿੱਖ ਹੈ, ਮੈਂ ਵੀ ਸਿੱਖ ਹਾਂ, ਹਾਂ ਤੇ ਅੰਦਰ ਜਿਹੜੇ ਬੰਦ ਹੈ ਉਹ ਵੀ ਸਿੱਖ ਹਾਂ ਨੇ, ਅਸੀਂ ਸਿੱਖ ਕੌਮ ਨਾਲ ਗਦਾਰੀ ਨਹੀਂ ਕਰ ਠੀਕ ਸਕਦੇ, ਤੇ ਅਸੀਂ ਮੈਂ ਤੁਹਾਡੀ ਮੰਗ ਠੁਕਰਾਉਣਾ ਜੇ ਤੁਸੀਂ ਇਹ ਗੱਲ ਦਾ ਇਹ ਸੋਚ ਕੇ ਮੈਨੂੰ ਬੁਲਾਇਆ ਵੀ ਜੰਗ ਸਿੰਘ ਇਸ ਕਰਕੇ ਗਦਾਰੀ ਕਰੂਗਾ, ਬਲਵੀਰ ਸਿੰਘ ਬੈਂਸ ਨੂੰ ਡਿਪੋਰਟ ਹਾਂ ਕਰਾਉਣ ਹਾਂ ਲਈ ਸਾਨੂੰ ਬਿਆਨ ਦਊਗਾ, ਕੋਰਟ ਰਾਹੀਂ ਬਿਆਨ ਦੇ ਦਊਗਾ। ਮੈਂ ਇਹ ਮੈਂ ਨਹੀਂ ਕਰ ਸਕਦਾ ਤੇ ਨਾ ਮੈਂ ਕਰਨਾ। ਸਿੰਘ ਜੇ ਮੈਨੂੰ ਓਕੇ ਅੱਜ ਮੈਂ ਇਸ ਗੱਲ ਤੇ ਪਛਤਾਉਣਾ ਵੀ ਹੈ ਜਾਂ ਕਿਵੇਂ ਕਰਦਾ, ਬਲਵੀਰ ਸਿੰਘ ਬੈਂਸ ਹਾਂ ਉਹ ਆਪਣੇ ਆਪ ਇੰਡੀਆ ਆ ਗਿਆ ਚੱਲ ਕੇ, ਤੇ ਅੱਜ ਉਹਦੇ ਤੇ ਵਾਂਟਡ ਵੀ ਨਹੀਂ ਹੈ, ਤੇ ਅੱਜ ਇਹ ਕਹਿ ਰਹੇ ਨੇ ਬਲਵੀਰ ਸਿੰਘ ਬੈਂਸ। ਮਤਲਬ ਤੁਸੀਂ ਮਤਲਬ 2.5 ਸਾਲ ਪਹਿਲਾਂ ਤਾਂ ਉਹ ਤੁਹਾਨੂੰ ਜ਼ੋਰ ਲਾਉਂਦੇ ਸੀ ਵੀ ਤੁਸੀਂ ਇਹ ਬਿਆਨ ਦੇ ਦਿਓ, ਤਾਂ ਹੁਣ ਉਹ ਪੰਜਾਬ ਆ ਵੀ ਆਪ ਗਏ ਆ। ਲੈ ਕੇ ਆਏ ਨਹੀਂ ਸੀ ਉਹਨਾਂ ਨੇ, ਮੈਂ ਬਕਾਇਦਾ ਖੈਰ ਮਕਦਮ ਕੀਤਾ ਉਹਨਾਂ ਦਾ, ਤੇ ਅੱਛਾ ਮੇਰੀ ਗੱਲ ਮੈਨੂੰ ਅੱਛਾ ਇਤਰਾਜ਼ ਜੀ, ਵੀ ਨਹੀਂ ਹੈ ਕਿ ਉਹ ਆਏ ਹੈ, ਕਿ ਜੇ ਪਰਸਨਲ ਤੌਰ ਤੇ ਆਏ ਨੇ ਤਾਂ ਨਹੀਂ, ਉਹ ਮੇਰੇ ਜੰਮ ਹੈ। ਮੈਂ ਸਵਾਲ ਵੀ ਕਰਨਾ ਸੀ ਵੀ ਪੰਜਾਬ ਆਉਣਾ ਗੁਨਾਹ ਆ? ਨਹੀਂ, ਪੰਜਾਬ ਵਾਲਾ ਕੋਈ ਗੁਨਾਹ ਨਹੀਂ, ਸਾਡੇ ਵੀਰ ਨੇ ਸਾਰੇ ਜਿਨ੍ਹਾਂ ਨੂੰ ਪੰਜਾਬ ਆਉਣ ਤੋਂ ਰੋਕਿਆ ਗਿਆ ਉਹ ਜ਼ਰੂਰ ਆਉਣ, ਅਸੀਂ ਅਰਦਾਸਾਂ ਕਰਦੇ ਹਾਂ ਬਈ ਉਹ ਗੁਰੂ ਪਿਆਰੇ ਧਾਮ ਜਿਹੜੇ ਸੱਚਖੰਡ ਦਰਬਾਰ ਸਾਹਿਬ ਕੇਸਗੜ੍ਹ ਸਾਹਿਬ ਹਜ਼ੂਰ ਸਾਹਿਬ ਇੱਥੇ ਹਾਂ ਸਾਡੇ ਗੁਰੂ ਸਾਹਿਬ ਆਉਂਦੀ ਹੈ ਪਾਵਨ ਪਵਿੱਤਰ ਧਰਤੀ ਆ, ਉਹ ਜ਼ਰੂਰ ਆਉਣ, ਪਰ ਜਿਸ ਤਰ੍ਹਾਂ ਉਹਨਾਂ ਨੂੰ ਲਿਆ ਕੇ ਲਿਆਂਦਾ ਗਿਆ ਤੇ ਉਹ ਚੋਰੀ ਛੁਪੇ ਆਏ ਨੇ, ਤੇ ਇਹਦੇ ਤੇ ਕੌਮ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੈ, ਤੇ ਸਾਨੂੰ ਬੜਾ ਇਸ ਗੱਲ ਤੇ ਚਿੰਤਾ ਹੈ। ਹਾਂਜੀ ਹਾਂ, ਜੰਗ ਸਿੰਘ ਦਾ ਤੁਹਾਡੇ ਨਾਲ ਕਰਨਾ ਚਾਹੁੰਦੇ ਸੀ, ਲਖਵਿੰਦਰ ਸਿੰਘ ਨੂੰ ਜਾਂ ਹੋਰ ਸਿੱਖਾਂ ਨੂੰ ਰਿਹਾ ਕਰਨਾ ਚਾਹੁੰਦਾ ਸੀ, ਤੁਹਾਨੂੰ ਕੀ ਹਾਂਜੀ ਲੱਗਦਾ ਵੀ ਇਹ ਸੌਦਾ ਜਿਹੜੇ ਵਿਦੇਸ਼ੀ ਖਾਲਿਸਤਾਨੀ ਉਹਨਾਂ ਦੇ ਨਾਲ ਕਿਸੇ ਹੋਰ ਸਿੱਖ ਬੰਦੀ ਦੀ ਰਿਹਾਈ ਦੇ ਹੋ ਗਿਆ? ਨਹੀਂ, ਇਹ ਬਹੁਤ ਵੱਡੀ ਡੀਲ ਹੋਈ ਹੈ, ਸ਼ਾਇਦ ਸਿੱਖ ਜਗਤ ਨੂੰ ਉਧਰ ਜ਼ਿਆਦਾ ਪਤਾ, ਤੇ ਮੇਰੇ ਖਿਆਲ ਇੱਕ ਖੁਲਾਸਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੀ ਇਹਦੇ ਬਾਰੇ ਬਹੁਤ ਵੱਡੀ ਗੱਲ ਹੋਈ ਹੈ ਦਿੱਲੀ ਤੱਕ, ਹਾਂ ਤੇ ਇਹ ਜਿਹੜੇ ਸੱਜਣ ਆਏ ਆ ਇਹ ਆਪਣੇ ਆਪ ਖੋਲ ਕੇ ਦੱਸਣ ਕੌਮ ਨੂੰ ਉਹ ਕੀ ਗੱਲ ਹੈ, ਜੇ ਸਾਡੇ ਅਸੀਂ ਇਹ ਦੱਸੀ ਫਿਰ ਬੜੀ ਬੜੀ ਉਹਨਾਂ ਨੂੰ ਔਖੀ ਵੀ ਹੋ ਜਾਣੀ ਹੈ ਤੇ ਬਹੁਤ ਖੁਸ਼ੀ ਵੀ ਕੌਮ ਝੱਲਣੀ ਪੈਣੀ ਹੈ। ਜੰਗ ਸਿੰਘ ਜੀ, ਤੁਸੀਂ ਦੋਸ਼ ਲਾਉਂਦੇ ਆ ਜਾਂ ਸ਼ੰਕਾ ਕਰਦੇ ਆ, ਜਾਂ ਤੁਹਾਨੂੰ ਪਤਾ ਵੀ ਜਿਵੇਂ ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹਨਾਂ ਨੂੰ ਸਰਬੱਤ ਖਾਲਸਾ ਨੇ ਵੀ ਜਥੇਦਾਰ ਚੁਣਿਆ ਹੋਇਆ ਸਰਬੱਤ ਖਾਲਸਾ ਦੇ ਵਿੱਚ, ਤੇ ਉਹਨਾਂ ਦੇ ਕੇਸ ਤਕਰੀਬਨ ਤਕਰੀਬਨ ਜਿੱਦਾਂ ਕੱਲ ਦੀ ਖ਼ਬਰ ਆ ਕਿ ਖਤਮ ਹੋ ਗਿਆ, ਤੁਹਾਨੂੰ ਲੱਗਦਾ ਕਿ ਉਹਨਾਂ ਦੀ ਰਿਹਾਈ ਲਈ ਇਹ ਸਾਰਾ ਕੁਝ ਹੋਇਆ? ਨਹੀਂ, ਚਲੋ ਇਸ ਪਾਸੇ ਵੀ ਜੇ ਕਿਸੇ ਦਾ ਇਸ ਤਰ੍ਹਾਂ, ਪਰ ਉਹ ਕੇਸ ਹੈ ਜਿਹੜੇ ਉਹ ਤਕਰੀਬਨ ਜਿਹੜੇ ਪਾਏ ਗਏ ਸੀ ਝੂਠੇ ਨੇ, ਉਹ ਝੂਠੇ ਸੀ, ਉਹਨਾਂ ਨੇ ਅਦਾਲਤਾਂ ਚ ਮੂੰਹ ਡਿੱਗਣਾ ਹੀ ਸੀ, ਪਰ ਇਹਦੇ ਲਈ ਬਹੁਤ ਵੱਡਾ ਇੱਕ ਮੈਂ ਇਸ ਗੱਲ ਦਾ ਸ਼ੰਕਾ ਹੈ ਮੈਨੂੰ, ਕਿਉਂਕਿ ਮੈਂ ਇਸ ਗੱਲ ਦੇ ਹਾਂਜੀ ਸਬੂਤ ਨਹੀਂ ਦੇ ਸਕਦਾ, ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਬੂਤ ਸਾਹਮਣੇ ਆਉਣ, ਬਹੁਤ ਸਾਰੇ ਵੀਰਾਂ ਨੂੰ ਇਸ ਗੱਲ ਦਾ ਪਤਾ ਹੈ, ਜਿਹੜੇ ਇਹ ਜਾਣਦੇ ਆ ਉਹ ਵੀਰ ਵੀ ਸੁਣਦਾ ਹੋਣਾ, ਜਿਹੜਾ ਇਸ ਡੀਲ ਦੇ ਵਿੱਚ ਮੀਟਰ ਹੈ ਤੇ ਉਹ ਨੂੰ ਪਤਾ ਸਾਰੀ ਕਹਾਣੀ ਦਾ, ਉਹ ਪਤਾ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਰੇ ਭਾਰਤ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਡੀਲ ਹੋਈ ਹੈ, ਉਹ ਜਿਹੜੀ ਡੀਲ ਹੋਈ ਹੈ ਉਹ ਜਿਹੜਾ ਪੂਰਾ ਇੱਥੇ 5 ਜਥੇਬੰਦੀਆਂ ਪੰਜਾਬ ਦੀਆਂ ਵਿੱਚ, ਚਾਹੇ ਉਹ ਦਲ ਖਾਲਸਾ ਹੈ, ਚਾਹੇ ਉਹ ਮਾਨ ਦਲ ਹੈ, ਚਾਹੇ ਉਹ ਕੋਈ ਦਲ ਹੈ ਇੱਥੇ, ਉਹਨਾਂ ਨੂੰ ਬਕਾਇਦਾ ਇੱਕ ਜ਼ੀਰੋ ਜ਼ੀਰੋ ਹਾਸ਼ੀਏ ਤੋਂ ਬਾਹਰ ਚੱਕਣ ਦੀ ਇਹ ਐਕਸਰਸਾਈਜ਼ ਆ, ਇਹ ਆਉਣ ਵਾਲੇ ਸਮੇਂ ਚ ਸਾਹਮਣੇ ਆਜੂਗੀ ਕਿਵੇਂ ਇੱਕ ਬਾਹਰਲੇ ਵਿਦੇਸ਼ਾਂ ਦੇ ਵਿੱਚ ਇੱਕ ਬਕਾਇਦਾ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਇੱਕ ਜਥੇਬੰਦੀ ਬਣਦੀ ਆ,
ਤੇ ਉਹਦਾ ਐਕਸਰਸਾਈਜ਼ ਸ਼ੁਰੂ ਹੈ। ਇਹ ਐਕਸਰਸਾਈਜ਼ ਹੈ ਜਿਹੜੀ ਹਾਂ ਉਸ ਨੂੰ ਉਭਾਰਨ ਵਾਸਤੇ ਆ, ਤੇ ਉਹਦੀ ਸਹਾਇਤਾ ਲਈ ਅਕਾਲ ਤਖਤ ਸਾਹਿਬ ਨੂੰ ਵਰਤਿਆ ਜਾਊਗਾ, ਤੇ ਅਕਾਲ ਤਖਤ ਸਾਹਿਬ ਦੀ ਇਹ ਜੀ ਲਈ ਇਹ ਸਾਰਾ ਸਿਸਟਮ ਹੋ ਰਿਹਾ, ਤੇ ਪੂਰੀ ਕੌਮ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਚਾਹੀਦਾ। ਬਹੁਤ ਵੱਡਾ ਇਹ ਇੱਕ ਐਕਸਰਸਾਈਜ਼ ਹੋ ਰਹੀ ਹੈ। ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਦੱਸਣੀ ਚਾਹੁੰਦਾ ਵੀ ਉਹ ਵੀਰ ਸਾਹਮਣੇ ਆਉਣ, ਵੀ ਇਹ ਕੌਮ ਨੂੰ ਦੱਸਣ ਜੇ ਤਾਂ ਇਹ ਗੱਲ ਝੂਠੀ ਹੈ। ਮੈਂ ਇਹ ਅਰਦਾਸ ਕਰਦਾ ਵੀ ਇਹ ਕਿਆਸ ਰਾਹੀਂ ਹੋਵੇ, ਇਹ ਗੱਲ ਨਾ ਹੋਵੇ, ਠੀਕ ਕਿਉਂਕਿ ਮੈਨੂੰ ਉਸ ਓਕੇ ਬੰਦੇ ਨੇ ਗੱਲ ਇਹ ਸਾਰੀ ਦੱਸੀ ਵੀ ਜਿਹੜਾ ਮੀਡੀਏਟਰ ਹੈ ਇਸ ਗੱਲ ਠੀਕ ਦਾ, ਕਿਉਂਕਿ ਸ਼ਰਤ 6 ਸ਼ਰਤਾਂ ਸੀ, 6ਾਂ ਚੋਂ ਚੌਥੀ ਸ਼ਰਤ ਹੈ ਇਹ ਗੱਲ ਵੀ ਹੈ। ਵਿੱਚ ਵਿਚੋਲਾ ਹੈ, ਉਹਦਾ ਨਾਂ ਨੀ ਲੈਣਾ ਚਾਹੁੰਦੇ, ਦੱਸਣਾ ਨੀ ਚਾਹੁੰਦੇ ਕੌਮ ਨੂੰ, ਜਾਂ ਤੁਸੀਂ ਹੱਲ ਤੁਹਾਨੂੰ ਪਤਾ ਨੀ ਕੌਣ ਹੈ? ਨਹੀਂ, ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਹਾਂ ਅਜੇ ਮੈਂ ਇਸ ਦਾ ਟਾਈਮ ਸਹੀ ਨਹੀਂ ਸਮਝਦਾ, ਕਿਉਂਕਿ ਠੀਕ ਸਮਾਂ ਅਜੇ ਬੜਾ ਬਲਵਾਨ ਹੈ। ਮੈਂ ਇਹ ਚਾਹੁੰਦਾ ਵੀ ਉਹ ਜ਼ਰੂਰ ਕੌਮ ਨੂੰ ਦੱਸਣ, ਓਕੇ ਜੇ ਤਾਂ ਕੌਮ ਨੂੰ ਕੁਛ ਲੈ ਕੇ ਦੇ ਰਹੇ ਨੇ, ਜੇ ਹਾਂ ਤਾਂ ਕੌਮ ਦਾ ਕੁਛ ਭਲਾ ਹੋ ਰਿਹਾ ਹੈ, ਉਹ ਹਾਂ ਗੱਜ ਵੱਜ ਕੇ ਦੱਸਣ, ਤੇ ਪੂਰੀ ਠੀਕ ਕੌਮ ਉਹਨਾਂ ਦੇ ਨਾਲ, ਅਸੀਂ ਗੱਜ ਵੱਜ ਕੇ ਉਹਨਾਂ ਦਾ ਸਾਥ ਦਿਆਂਗੇ। ਜੇ ਇਸ ਤਰ੍ਹਾਂ ਦਾ ਹੀ ਓਕੇ ਹੋਇਆ ਬਈ, ਹਾਂ ਜਿਵੇਂ ਭਾਰਤ ਸਰਕਾਰ ਚਾਹੁੰਦੀ ਹੈ, ਜੇ ਇਸ ਹਾਂ ਤਰ੍ਹਾਂ ਦਾ ਹੋ ਗਿਆ, ਜਿਵੇਂ ਹਾਂ ਜੀ ਉਦਾਂ ਉਹਨਾਂ ਦੇ ਅੱਗੇ ਅੱਗੇ ਲੱਗ ਕੇ ਤੁਰ ਰਹੇ ਨੇ, ਜਾਂ ਏਦਾਂ ਕਰਕੇ ਇੱਕ ਪੂਰੀ 1.5-2 ਲੱਖ ਸ਼ਹੀਦੀ ਨੌਜਵਾਨਾਂ ਦੀ ਹੋਈ ਹੈ, ਲੱਖਾਂ ਘਰ ਸਿੱਖਾਂ ਦੇ ਹਾਂ ਉਜੜ ਗਏ ਹੈ, ਜੇ ਉਸ ਨੂੰ ਪਾਣੀ ਫੇਰ ਕੇ ਜਿਵੇਂ ਹੋ ਰਿਹਾ, ਉਹਦੇ ਤੇ ਪਾਣੀ ਫੇਰ ਕੇ ਆਪਣੇ ਨਿੱਜ ਹਿੱਤ ਪਾਲਣੇ, ਤੇ ਫਿਰ ਬਹੁਤ ਵੱਡਾ ਹਾਂ ਨੁਕਸਾਨ ਕੌਮ ਨੂੰ ਹੋਣ ਜਾ ਰਿਹਾ, ਤੇ ਮੈਂ ਇਹਦੇ ਤੋਂ ਬੜਾ ਚਿੰਤਤ ਵੀ ਹਾਂ। ਤੇ ਆਉਣ ਵਾਲੇ ਜਿਹੜੇ ਸਮੇਂ ਲਈ ਉਹਨਾਂ ਵੀਰਾਂ ਨੂੰ, ਉਹਨਾਂ ਲੀਡਰਾਂ ਨੂੰ ਵੀ ਇਸ਼ਾਰਾ ਕਰਦਾ ਵੀ ਸੰਭਲੋ ਇਸ ਗੱਲ ਤੇ, ਕਿਉਂਕਿ ਇਹਦੇ ਤੇ ਬਹੁਤ ਵੱਡੀ ਇੱਕ ਗੱਲ ਹੋਰ ਵੀ ਕਰੀ ਹੈ, ਕਿਉਂਕਿ ਇੱਕ ਤੀਕਾ ਹਾਂ ਦੋ ਨਿਸ਼ਾਨੇ ਹੋ ਰਹੇ ਨੇ। ਦੂਜੀ ਗੱਲ ਇਹ ਵੀ ਹੋ ਅੱਛਾ ਜੀ ਰਹੀ ਹੈ ਵੀ 2020 ਜਿਹੜੀ ਲਹਿਰ ਬਾਹਰ ਚੱਲੀ ਹੈ, ਉਹਦੇ ਬਾਰੇ ਵੀ ਬਿਆਨ ਆ ਗਿਆ ਹਾਂਜੀ ਹਾਂਜੀ ਵਾਸਤੇ ਵੀ ਇਹ ਚੀਜ਼ਾਂ ਹੋਈਆਂ। ਉਹਨੂੰ ਇਕੱਲੇ ਨੂੰ ਨੀ ਟਾਰਗੇਟ ਕਰਨਾ, ਜਿੰਨੇ ਵੀ ਪੰਜਾਬ ਦੇ ਅੰਦਰ ਦਲ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਹਾਸ਼ੀਏ ਤੇ ਪਹੁੰਚਾਉਣ ਵਾਸਤੇ ਇੱਕ ਨਵੀਂ ਐਕਸਰਸਾਈਜ਼ ਜਿਹੜੀ ਆ ਦਿੱਲੀ ਤੱਕ ਦੀ ਆਸ਼ੀਰਵਾਦ ਦੇ ਨਾਲ ਉਹ ਤਿਆਰ ਹੈ, ਤੇ ਇਹ ਉਹ ਤੁਹਾਡਾ ਤੁਸੀਂ ਤੁਸੀਂ ਆਪਣੇ ਜੰਗ ਸਿੰਘ ਜਿਹੜਾ 2020 ਆਰਗੇਨਾਈਜੇਸ਼ਨ ਸਿੱਖ ਫੋਰ ਜਸਟਿਸ ਨੇ ਜਿੱਦਾਂ ਭਾਰਤ ਦੇ ਵਿੱਚ ਉਹ ਤੇ ਬੈਨ ਵੀ ਲੱਗ ਗਿਆ, ਤੁਸੀਂ ਕੀ ਸੋਚਦੇ ਆ ਕਿ ਇਹ ਜਥੇਬੰਦੀ ਨੂੰ ਖੜਾ ਕਰਨ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ? ਨਹੀਂ ਨਹੀਂ ਮੈਂ ਇਹ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਪਿੱਛੇ ਜੇ ਜਿਹੜਾ ਜਿਹੜਾ ਅਖਬਾਰਾਂ 'ਚ ਬਿਆਨ ਆ ਰਿਹਾ ਹਾਂ ਉਹਦੇ ਸਪਸ਼ਟ ਲਿਖਿਆ ਵੀ ਭਾਰਤੀਆਂ ਜਿਹੜੀਆਂ ਏਜੰਸੀਆਂ ਨੇ ਵੀ ਜਿਹੜੇ ਸੋ ਕਾਲਡ ਜਿਹੜੇ ਖਾਲਿਸਤਾਨੀ ਲੈ ਕੇ ਆਉਂਦੇ ਨੇ, ਉਹ ਦੀ 2020 ਲਹਿਰ ਨੂੰ ਫਿਰ ਕਰਨ ਵਾਸਤੇ ਜਾਂ ਉਹਨੂੰ ਟਾਰਗੇਟ ਕਰਨ ਵਾਸਤੇ ਇਹ ਲੈ ਕੇ ਆਉਂਦੇ ਨੇ, ਇਹ ਵੀ ਇੱਕ ਅਖਬਾਰਾਂ ਦੇ ਵਿੱਚ ਆ ਰਿਹਾ। ਜੰਗ ਸਿੰਘ ਜੀ ਅੱਗੇ ਵੀ ਇਹ ਵੀ ਗੱਲ ਸੋਚਣ ਵਾਲੀ ਆ ਵੀ ਜਿਹੜੇ ਸਿੱਖ ਜਿੱਦਾਂ ਤਕਰੀਬਨ ਆਪਾਂ 3-4 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਆਏ ਆ, ਜੇ ਉਹਨਾਂ ਦਾ ਸੰਬੰਧ ਵੀ ਦੇਖਿਆ ਤਾਂ ਕਿਸੇ ਨਾ ਕਿਸੇ ਪਾਸਿਓਂ ਜਿੱਦਾਂ ਲੋਕ ਇਹ ਵੀ ਕਹਿ ਰਹੇ ਆ, ਇਹ ਵੀ ਸਵਾਲ ਸਾਡੇ ਕੋਲ ਮੀਡੀਆ 'ਚ ਆ ਰਿਹਾ ਕਿ ਉਹ ਇੱਕ ਧੜੇ ਨਾਲ ਹੀ ਸੰਬੰਧਿਤ ਆ ਜਿਹਨੂੰ ਮਤਲਬ 2020 ਵੀ ਉਹਨਾਂ ਨੂੰ ਸਪੋਰਟ ਕਰਦੀ ਆ, ਜਾਂ ਸਿੱਖ ਪਾਰਲੀਮੈਂਟ ਵੀ ਉਹਨੂੰ ਸਪੋਰਟ ਕਰਦੀ ਆ, ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਾਂ ਤੁਹਾਨੂੰ ਵੀ ਇਦਾਂ ਲੱਗਦਾ ਵੀ ਇਹ ਬੰਦੇ ਜਿਹੜੇ ਆਏ ਆ ਇਹ ਉਹਨਾਂ ਦੇ ਵਿੱਚੋਂ ਹੀ ਆ? ਬਿਲਕੁਲ ਉਹਨਾਂ ਦੇ ਵਿੱਚੋਂ ਨੇ ਇਹ ਉਸ ਉਹਦੇ ਵਿੱਚੋਂ ਨੇ, ਬਿਲਕੁਲ ਇੱਕ ਧੜੇ ਦੇ ਬੰਦੇ ਨੇ, ਤੇ ਸਾਰੇ ਹੀ ਉਹੀ ਨੇ, ਤੇ ਇਹ ਬੜਾ ਸਪਸ਼ਟ ਜਿਹਾ ਇੱਕ ਤਰ੍ਹਾਂ ਨਾਲ ਆਪਣੇ ਆਪ ਨਿਤਾਰਾ ਜਿਹਾ ਹੋ ਰਿਹਾ।
ਮੇਰਾ ਖਿਆਲ ਆ ਵੀ ਉਹ ਜਿਹੜੀਆਂ ਉਸ ਬੰਦੇ ਨੇ ਗੱਲਾਂ ਕਰੀਆਂ ਸੀ ਹਾਂ ਉਹ ਬਿਲਕੁਲ ਉਸੇ ਤਰ੍ਹਾਂ ਤੇ ਉਹ ਵੀ ਰਿਹਾ। ਇੱਕ ਇਹ ਗੱਲਾਂ ਉਦਾਂ ਹੋ ਕੇ ਸਾਨੂੰ ਇਸ ਗੱਲ ਦਾ ਬੜਾ ਖਦਸ਼ਾ ਸੀ ਬਈ ਹਾਂ ਉਹਨਾਂ ਨੂੰ ਇਹਨਾਂ ਦੀ ਰਿਹਾਈ ਹੋਣ ਵਾਸਤੇ ਬਈ ਇਹ ਰੱਖੀ ਗਈ ਆ ਸ਼ਰਤ ਬਈ ਇਹ ਪਹਿਲਾਂ ਨਹੀਂ ਰਿਹਾ ਹੋਣਗੇ, ਇਹ ਪਹਿਲਾਂ ਨਹੀਂ ਹਾਂ ਰਿਹਾ ਹੋਣ, ਰਿਹਾ ਹੋਣਗੇ ਸਮਾਂ ਪਾ ਕੇ ਪਰ ਇਹ ਪਹਿਲਾਂ ਰਿਹਾ ਨਹੀਂ ਹੋਣਗੇ, ਪਹਿਲਾਂ ਰਿਹਾ ਰਿਹਾ ਨਹੀਂ ਹੋਣਗੇ ਤੇ ਕਿਸੇ ਖਾਸ ਖਾਸ ਜਿਹੜੇ ਪੰਜਾਬ ਚ ਆਉਣਗੇ ਤੇ ਉਹਨਾਂ ਦੀ ਇਹ ਉਹਨਾਂ ਨੂੰ ਅੱਗੇ ਲਾ ਕੇ ਤੇ ਇਸ ਤਰ੍ਹਾਂ ਦੀ ਐਕਸਰਸਾਈਜ਼ ਸ਼ੁਰੂ ਹੋ ਜੇ ਗਈ ਤੇ ਆਪਾਂ ਹੁਣ ਜਿੰਨੀ ਤੁਸੀਂ ਗੱਲਬਾਤ ਜੰਗ ਸਿੰਘ ਜੀ ਦੱਸੀ ਆ, ਜੇ ਉਹਨੂੰ ਲਈਏ ਤਾਂ ਇਹਦਾ ਮਤਲਬ ਪੰਜਾਬ ਦੀ ਸਿਆਸਤ ਜਾਂ ਅਕਾਲੀ ਦਲ ਦੇ ਜਿਹੜੀਆਂ ਅੱਗੇ ਬਹੁਤ ਖਬਰਾਂ ਆ ਰਹੀਆਂ ਬਈ ਜਿਹੜੀ ਭਾਜਪਾ ਆ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਆ, ਕਾਂਗਰਸ ਵੀ ਅਕਾਲੀ ਦਲ ਨੂੰ ਖਤਮ ਕਰਨੀ ਚਾਹੁੰਦੀ ਆ, ਤੇ ਜਿਹੜੇ ਸਿੱਖ ਆ ਉਹ ਵੀ ਕਿਉਂਕਿ ਬਾਦਲਾਂ ਦੀਆਂ ਜਿਹੜੀਆਂ ਕਾਰਵਾਈਆਂ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਆ ਲੋਕੀ ਉਹਨਾਂ ਤੋਂ ਵੀ ਅੱਕੇ ਪਏ ਆ, ਉਹਨਾਂ ਤੋਂ ਵੀ ਬਹੁਤ ਦੁਖੀ ਆ, ਇਸ ਕਰਕੇ ਸਾਰੇ ਲੋਕ ਮਤਲਬ ਜਾਂ ਆਪਾਂ ਕਹਿ ਲਈਏ ਜਿਹੜੀਆਂ ਸਰਕਾਰੀ ਏਜੰਸੀਆਂ ਤੁਸੀਂ ਕਹਿ ਰਹੇ ਆ ਵੀ ਉਹ ਕਿਤੇ ਅਕਾਲੀ ਦਲ ਨੂੰ ਖਤਮ ਕਰ ਲਈ ਤੇ ਇਹ ਸਾਰਾ ਫੈਸਲਾ ਤਾਂ ਨਹੀਂ ਕੀਤਾ ਜਾ ਰਿਹਾ? ਦੇਖੋ 14 ਦਸੰਬਰ ਨੂੰ ਹਾਂ ਪੂਰੇ 100 ਸਾਲ ਹੋਣ ਜਾ ਰਿਹਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ। ਹਾਂ ਮੈਂ ਇਸ ਗੱਲ ਸਾਰਿਆਂ ਨੂੰ ਵਧਾਈ ਵੀ ਦਿੰਦਾ ਕਿ ਸਭ ਤੋਂ ਮੇਰੇ ਖਿਆਲ ਉਹਨਾਂ ਸਭ ਤੋਂ ਪੁਰਾਣੀ ਪਾਰਟੀਆਂ ਜੋ ਇੱਕ ਰਾਸੀ ਪਾਰਟੀ ਹੈ ਜਿਹੜੀ ਟੋਟਲੀ ਨੁਮਾਇੰਦ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ, ਤੇ ਕੁਦਰਤ ਇਹ ਹੈ ਸਮੇਂ ਸਮੇਂ ਅਨੁਸਾਰ ਇਹਦੇ ਪ੍ਰਧਾਨ ਬਦਲਦੇ ਰਹੇ ਤੇ ਰੱਬ ਸਬੱਬੀ ਅੱਜ ਬਾਦਲ ਪ੍ਰਧਾਨ ਨੇ ਬਾਦਲਾਂ ਕੋਲ ਹੈ, ਪਰ ਸਮੇਂ ਦਾ ਗੇੜ ਦੇਖੋ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਪਿਛਲੇ ਦਿਨੀ ਇੱਕ ਮੈਂ ਆਡੀਓ ਸੁਣੀ, ਉਹਦੇ ਚ ਸੰਤ ਕਹਿੰਦੇ ਨੇ ਉੱਥੇ ਜਿੱਥੇ ਮਤਭੇਦ ਹੋ ਜਾਂਦੇ ਆ ਬਈ ਉਸ ਟਾਈਮ ਦੇ ਡਿਕਟੇਟਰ ਸੰਤ ਜਿਹੜਾ ਲੌਂਗੋਵਾਲ ਨਾਲ ਤੇ ਸਾਰੇ ਇਹ ਤਲਵੰਡੀ ਨਾਲ ਜਿਹਦਾ ਤਲਵੰਡੀ ਨਾਲ ਤੇ ਸਾਰੀ ਜਿਹੜੀ ਸਿੱਖ ਲੀਡਰਸ਼ਿਪ ਹੈ ਅਕਾਲੀ ਲੀਡਰਸ਼ਿਪ ਆ ਉਹਦੇ ਨਾਲ ਜਦੋਂ ਇਸ ਗੱਲਾਂ ਦੀ ਗੱਲ ਆਉਂਦੀ ਆ ਉਹ ਸਾਰੇ ਬਾਣ ਦੇ ਅੰਦਰ ਆਪਣੇ ਇਹ ਗੱਲ ਵਚਨ ਕਰਦੇ ਨੇ ਵੀ ਸਿੱਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖਾਂ ਦੀ ਜਿਹੜੀ ਸਿਆਸੀ ਜਮਾਤ ਹੈ ਉਹ ਅਕਾਲੀ ਦਲ ਸੀ, ਅੱਜ ਵੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਹੀ ਰਹੇ, ਇਹ ਸੰਤਾਂ ਦੇ ਵਚਨ ਨੇ। ਸਮੇਂ ਅਨੁਸਾਰ ਕੋਈ ਨਾ ਕੋਈ ਐਸੇ ਪ੍ਰਧਾਨ ਆ ਜਾਵੇ ਜਾਂ ਕੋਈ ਐਸਾ, ਪਰ ਅਕਾਲੀ ਦਲ ਦੇ ਵਿੱਚ ਇੰਨੀ ਖਲਬਲੀ ਹੈ ਇਸ ਟਾਈਮ ਵੀ, ਅਕਾਲੀ ਦਲ ਦੇ ਵਿੱਚ ਇੱਕ ਐਸਾ ਤਬਕਾ ਭਾਰੂ ਹੋ ਗਿਆ ਕਿ ਜਿਹੜਾ ਜਿਹਨੂੰ ਆਪਾਂ ਇਹ ਕਹਿੰਦੇ ਹਾਂ ਵੀ ਉਹਨੂੰ ਅਕਾਲੀ ਦਲ ਦੀਆਂ ਰਵਾਇਤਾਂ ਦਾ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਤੇ ਉਹ ਸਿੱਖ ਇਤਿਹਾਸ ਬਹੁਤ ਉਨਾ ਹੋ ਤੇ ਉਹਦਾ ਫਾਇਦਾ ਉਹਨੂੰ ਸ਼ੈਲਟਰ ਦਿੱਤਾ ਸਮੇਂ ਦੀਆਂ ਸਰਕਾਰਾਂ ਨੇ ਉਸ ਗਲਤੀਆਂ ਨੂੰ ਮਤਲਬ ਉਭਾਰਿਆ ਤੇ ਇੱਕ ਸ਼ੈਲਟਰ ਦਿੱਤਾ ਬੀਜੇਪੀ ਉਹਦੇ ਵਿੱਚ ਹੀ ਹੈ ਤੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਨੂੰ ਇੱਕ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਸਿੱਖਾਂ ਤੋਂ ਦੂਰ ਕੀਤਾ ਜਾ ਸਕੇ। ਤਿੰਨ ਸੰਸਥਾਵਾਂ ਨੇ ਸਿੱਖਾਂ ਕੋਲ, ਅੱਛਾ ਤਿੰਨਾਂ ਕੋਲ ਸਿੱਖ, ਪਰ ਦੂਏ ਪਾਸੇ ਇਹ ਵੀ ਆ ਨਾ ਜੰਗ ਸਿੰਘ ਜੀ ਜਿੱਦਾਂ ਜਿਹੜੇ ਅਕਾਲੀ ਦਲ ਨੇ ਜਿਹੜੇ ਸਿੱਖ ਮੁੱਦੇ ਸੀ, ਆਪਾਂ ਜੇ ਰਿਹਾਈਆਂ ਦੀ ਵੀ ਗੱਲ ਕਰੀਏ ਪਿਛਲੇ ਸਮੇਂ ਚ ਅਸੀਂ ਵੀ ਆ ਕੇ ਇੱਥੇ ਵਫਦ ਲਿਜਾ ਕੇ ਅਕਾਲੀ ਦਲ ਦੀਆਂ ਬਥੇਰੀਆਂ ਮਿੰਨਤਾਂ ਕਰਦੇ ਰਹੇ ਬਈ ਸਿੱਖਾਂ ਨੂੰ ਰਿਹਾ ਕਰ ਦਿਓ, ਤੁਹਾਨੂੰ ਪਤਾ ਹੀ ਆ ਸਾਰੀ ਗੱਲ ਦਾ, ਪਰ ਇਹਨਾਂ ਦੇ ਕੰਨ ਤੇ ਜੂ ਵੀ ਨੀ ਸਰਕੀ। ਉਹਦਾ ਮੈਂ ਤੁਹਾਨੂੰ ਦੱਸ ਕੇ ਦੱਸਿਆ ਵੀ ਅਕਾਲੀ ਦਲ ਦੇ ਅੰਦਰੋਂ ਉਹ ਬੰਦੇ ਹੀ ਐਸੇ ਆ ਗਏ ਬਈ ਜਿਹਨਾਂ ਨੂੰ ਅਕਾਲੀ ਦਲ ਦੀ ਰਵਾਇਤਾਂ ਨਹੀਂ ਪਤਾ ਵੀ ਅਕਾਲੀ ਦਲ ਹੈ ਜਿਹੜਾ ਉਹ ਮਜ਼ਲੂਮਾਂ ਲਈ ਉਹ ਆਪਣੇ ਮਨੁੱਖੀ ਹੱਕਾਂ ਲਈ ਉਹ ਲੜਦਾ ਰਿਹਾ, ਮੋਰਚਾ ਲਾਉਂਦਾ ਰਿਹਾ ਤੇ ਕੁਰਬਾਨੀਆਂ ਹੋਈਆਂ, ਉਹਨਾਂ ਸਾਰਿਆਂ ਨੂੰ ਭੁੱਲ ਕੇ ਇੱਕੋ ਹੀ ਗੱਲ ਪਿੱਛੇ ਖੜ ਗਿਆ ਵੀ
ਕੁਰਸੀ ਮਿਲੀ ਹੈ, ਰਾਜਸੀ ਸੱਤਾ ਮਿਲੀ ਹੈ, ਇਹਨੂੰ ਮਾਣ ਲਿਆ ਜਾਵੇ ਤੇ ਇਸ ਕਲਚਰ ਨੂੰ, ਇਸ ਜਿਹੜੀ ਹੈ ਹੋਣੀ ਨੂੰ ਜਿਹੜਾ ਹੈ ਆਪਣਾ ਬੀਜੇਪੀ ਨੇ ਹੋਣ ਦਿੱਤਾ ਜਾਣ ਕੇ। ਇਹ ਦੋ ਚੀਜ਼ਾਂ ਤਿੰਨ ਚੀਜ਼ਾਂ ਨੇ ਆਪਣੀ ਸਿੱਖਾਂ ਕੋਲ। ਪਹਿਲੀ ਗੱਲ ਤਖਤ ਸਾਹਿਬ, ਦੂਜੀ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ, ਤੀਜਾ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਦੇਖੋ ਅੱਜ ਸਿੱਖ ਅਸੀਂ ਇੱਕ ਦੂਜੇ ਦੇ ਵਿਰੁੱਧ ਖੜੇ ਹਾਂ ਇਹ ਤਿੰਨਾਂ ਮਸਲਿਆਂ ਤੇ। ਤੇ ਸਾਡੇ ਪੰਜਾਬ ਦੇ ਅੰਦਰ ਬੀਜੇਪੀ ਆ ਜਿਹੜੀ ਉਹ ਇੱਕ ਨਵੀਂ ਤਰ੍ਹਾਂ ਦੀ ਐਕਸਰਸਾਈਜ਼ ਕਰ ਰਹੀ ਆ ਤੇ ਉਹਦਾ ਉਹਦੀ ਪੂਰਾ ਜ਼ੋਰ ਲੱਗਿਆ ਵੀ ਸਿੱਖ ਚਿਹਰਿਆਂ ਨੂੰ ਅੱਗੇ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪੰਜਾਬ ਤੇ ਜ਼ਰੂਰ ਕਾਠੀ ਪਾਈਏ। ਉਹਦਾ ਕਾਰਨ ਇੱਕੋ ਹੈ, ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜੇ ਕੋਈ ਅੱਗੇ ਅੜਦਾ ਤਾਂ ਉਹ ਸਿੱਖ ਅੜਦੇ ਨੇ, ਹਿੰਦੂਤਵਾ ਰਾਜ ਦੇ ਅੰਦਰ, ਹਿੰਦੂਤਵਾ ਰਾਜ ਨੂੰ ਰੋਕਣ ਵਾਸਤੇ ਸਿੱਖ ਅੜਦੇ ਨੇ। ਜੰਗ ਸਿੰਘ ਜੀ, ਇੱਕ ਗੱਲ ਹੋਰ ਵੀ ਮੈਂ ਜਿੱਦਾਂ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਜਿੱਦਾਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਆ, ਅਕਾਲੀ ਦਲ ਦੀ ਕੀਤੀ ਆ, ਵੀ ਇਹਨਾਂ ਦਾ ਵਿਰੋਧ ਹੋ ਰਿਹਾ ਜਾਂ ਇਹਨਾਂ ਦੇ ਬਰਾਬਰ ਜਥੇਬੰਦੀਆਂ ਖੜੀਆਂ ਕਰਕੇ ਇਹਨਾਂ ਨੂੰ ਪੰਜਾਬ ਚੋਂ ਮਤਲਬ ਮਨਫੀ ਕਰਨ ਦੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ, ਦੂਏ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਜਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਲੋਕਾਂ ਦੇ ਵਿੱਚ ਸਤਿਕਾਰ ਸੀ, ਉਹਨੂੰ ਖਤਮ ਕਰਨ ਲਈ ਵੀ ਤੁਹਾਨੂੰ ਲੱਗਦਾ ਵੀ ਉਹਦੇ ਵੀ ਬਰਾਬਰ ਜਿੱਦਾਂ ਇੱਕ ਧਿਰ ਖੜੀ ਕੀਤੀ ਗਈ? ਬਿਲਕੁਲ ਜੀ, ਦੇਖੋ ਕੰਸੈਪਟ ਇਸ ਤਰ੍ਹਾਂ ਦਾ ਹੋਇਆ ਬਈ, ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉਹਦੇ ਲਈ ਅਕਾਲੀ ਦਲ ਰਾਜ ਸੀ, ਸੱਤਾ ਸੀ ਜੀ, ਤੇ ਅਕਾਲੀ ਦਲ ਦਾ ਇਹ ਉਦੋਂ ਅਕਾਲੀ ਦਲ ਉਸ ਤੇ ਐਕਸ਼ਨ ਨਹੀਂ ਲੈ ਸਕਿਆ। ਅਕਾਲੀ ਦਲ ਦਾ ਹੋਵੇ ਰਾਜ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਬੇਅਦਬੀ ਤੇ ਬੰਦੇ ਨਾ ਫੜੇ ਜਾਣ ਤੇ ਉਲਟਾ ਸਿੱਖਾਂ ਤੇ ਗੋਲੀ ਚੱਲ ਜਾਵੇ, ਇਹ ਮੱਥੇ ਤੇ ਕਲੰਕ ਰਿਹਾ ਤੇ ਕਲੰਕ ਲੱਗ ਗਿਆ। ਦੂਜਾ ਇਹ ਸਮੇਂ ਦੀਆਂ ਜਿਹੜੀ ਸਰਕਾਰਾਂ ਏਜੰਸੀਆਂ ਨੂੰ ਮੌਕਾ ਮਿਲ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਸ ਦੇ ਰੋਸ ਵਜੋਂ ਪੂਰਾ ਪੰਜਾਬ ਹੈ ਜਿਹੜਾ 8 ਦਿਨ ਸੜਕਾਂ ਤੇ ਆ ਗਿਆ, ਸਰਕਾਰ ਦੇ ਤੌਰ ਤੇ ਸੱਤੀ ਤੰਤਰ ਫੇਲ ਹੋ ਗਿਆ ਤੇ ਫਿਰ ਸਿੱਖਾਂ ਨੇ ਆਪਣਾ ਰੋਸ ਪ੍ਰਗਟ ਕਰਨ ਲਈ, ਹੋਰ ਨਹੀਂ ਤਾਂ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰ ਦਿੱਤਾ। ਸਾਰੀਆਂ ਸਿੱਖ ਜਥੇਬੰਦੀਆਂ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਸ ਵਜੋਂ 2015 ਦਾ ਚੱਬੇ ਦੀ ਧਰਤੀ ਉੱਤੇ ਸਰਬੱਤ ਖਾਲਸਾ ਸੱਦਣ ਦਾ ਪ੍ਰੋਗਰਾਮ ਹੋ ਗਿਆ, ਸੱਦਿਆ ਗਿਆ, 8 ਹੋ ਗਿਆ। ਲੇਕਿਨ ਉਹਦੇ ਤੋਂ 3 ਦਿਨ 48 ਘੰਟੇ ਪਹਿਲਾਂ ਤੱਕ ਇਹ ਸਪਸ਼ਟ ਨਹੀਂ ਸੀ ਵੀ ਜਿਹੜੀਆਂ ਆਉਣਗੀਆਂ ਸੰਗਤਾਂ ਨੂੰ ਪ੍ਰੋਗਰਾਮ ਕੀ ਦੇਣਾ, ਕਿਉਂਕਿ ਪਹਿਲੀ ਤਾਂ ਉਮੀਦ ਇਹ ਸੀ ਵੀ ਇੰਨਾ ਇਕੱਠ ਹੋ ਸਕਣਾ ਨੀ, ਕਿਉਂਕਿ ਸਰਕਾਰ ਨੇ ਬੜੀ ਸਖਤੀ ਕਰ ਦਿੱਤੀ ਹੈ, ਰੌਲਾ ਸੋਸ਼ਲ ਮੀਡੀਆ ਤੇ ਇਹ ਪੈ ਗਿਆ। ਲੇਕਿਨ ਸਰਕਾਰ ਨਾਲ ਉਹਦੀ ਤਾਂ ਉਸ ਟਾਈਮ ਚੀਜ਼ ਹੀ ਹੈ ਨੀ ਸੀ, ਲੇਕਿਨ ਬਹੁਤ ਜ਼ਿਆਦਾ ਸੰਗਤਾਂ ਦਾ ਭਾਰੀ ਇਕੱਠ ਹੋਇਆ। ਲੇਕਿਨ 48 ਘੰਟੇ ਪਹਿਲਾਂ ਤੱਕ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੱਦਣ ਵਾਲੀਆਂ ਸੀ ਉਹਨਾਂ ਨੂੰ ਨਹੀਂ ਸੀ ਪਤਾ ਕੀ ਕਰਨਾ ਹੈ, ਤੇ 48 ਘੰਟੇ ਦੇ ਵਿੱਚ ਫਿਰ ਉਸ ਨੂੰ ਪੂਰਾ ਕਰਨ ਵਾਸਤੇ ਇੱਕ ਐਕਸਰਸਾਈਜ਼ ਕੀਤੀ ਗਈ, ਹੋਰ ਨਹੀਂ ਤਾਂ ਹੋਰ ਵੀ ਜਥੇਦਾਰੀ ਐਲਾਨ ਦੋ, ਇੱਕ ਫਿਰ ਸੋ ਕਾਲ ਜਥੇਦਾਰ ਐਲਾਨੇ ਗਏ ਤੇ ਉਹ ਪੈਰ ਨਾ ਕਿ ਉਹ ਉਸ ਟਾਈਮ ਬਾਦਲਾਂ ਦੇ ਵਿਰੁੱਧ ਜਾਂ ਹਕੂਮਤ ਦੇ ਵਿਰੁੱਧ ਸੀ, ਉਹ ਤਾਂ ਅਸੀਂ ਇੱਕ ਤਰ੍ਹਾਂ ਨਾਲ ਜਿਹੜੀ ਸੰਗਤ ਦਾ ਰੋਸ ਹੈ ਉਹਨੂੰ ਠੰਡੇ ਬਸਤੇ ਚ ਪਾਉਣ ਵਾਸਤੇ ਇਹ ਐਕਸਰਸਾਈਜ਼ ਕਰ ਦਿੱਤੀ ਗਈ, ਆਪੋ ਆਪਣੇ ਧੜੇ ਦੇ ਜਥੇਦਾਰ ਬਣਾ ਲਏ ਗਏ ਤੇ ਜਥੇਦਾਰ ਬਣਾ ਕੇ ਉੱਥੋਂ ਘਰ ਨੂੰ ਸੰਗਤ ਦੇ ਛੱਕ ਕੇ ਵਾਪਸ ਆ ਗਈ ਹੈ। ਤੇ ਉਹ ਤੋਂ ਬਾਅਦ ਜਿਹੜਾ ਆਪਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜਾ ਸਰਬੱਤ ਖਾਲਸਾ ਦਾ ਪਵਿੱਤਰ ਕੰਸੈਪਟ ਹੈ ਪੰਥ ਕੋਲ, ਉਹ ਵੀ ਬਦਨਾਮ ਹੋਇਆ ਤੇ ਅਕਾਲ ਤਖ਼ਤ ਦੇ ਵਿਰੁੱਧ ਅਸੀਂ ਆਪੇ ਇੱਕ ਧੜਾ ਖੜਾ ਕਰ ਲਿਆ
ਪਰ ਆਪਾਂ ਜੰਗ ਸਿੰਘ ਜੀ ਜੇ ਆਪਾਂ ਇੰਨੇ ਜਿਹੜੇ ਜਥੇਦਾਰ ਬਣਾਏ ਆ, ਉਹਨਾਂ ਨੇ ਬਰਗਾੜੀ ਮੋਰਚਾ ਲਾਇਆ, ਉਦੋਂ ਕਾਫੀ ਆਵਾਜ਼ ਉਠਾਈ ਆ, ਮਤਲਬ ਇੰਨਾ ਵੱਡਾ ਕੰਮ ਕੀਤਾ, ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹਨੀ ਪੰਥ ਦੇ ਕੁਛ ਕੀਤਾ ਨੀ। ਸੋਰੀ ਮੈਂ ਹੱਸ ਪਿਆ, ਅਸੀਂ ਸਾਰੇ ਉਸਦੀ ਹਾਂ ਸਪੋਰਟ ਤੇ ਗਏ। 1 ਤਰੀਕ, 1 ਜੂਨ ਨੂੰ, 1 ਮਈ ਜਾਂ 1 ਜੂਨ ਨੂੰ, ਮੇਰੇ ਖਿਆਲ ਮੈਂ ਮੇਰੇ ਥੋੜਾ ਜਿਹਾ ਹੋਇਆ ਵੀ 1 ਜੂਨ ਨੂੰ ਮੋਰਚਾ ਲੱਗਦਾ, 1 ਜੂਨ ਨੂੰ ਦੋ ਠੀਕ ਹਜ਼ਾਰ ਹੈ। 1 ਜੂਨ ਨੂੰ ਮੋਰਚਾ ਲੱਗਦਾ, 6 ਜੂਨ ਨੂੰ ਮੀਟਿੰਗ ਹੁੰਦੀ ਹੈ ਚੰਡੀਗੜ੍ਹ CM ਪੰਜਾਬ ਨਾਲ, ਇਹ ਸਾਰੇ ਠੀਕ ਜਿੰਨੇ ਵੀ ਸਾਡੇ ਲੀਡਰ ਹੈ, ਤੇ ਹਾਂ 6 ਜੂਨ ਨੂੰ ਸਾਨੂੰ 3:30 ਵਜੇ ਖਬਰ ਆ ਜਾਂਦੀ ਹੈ ਕਿ ਪੰਜਾਬ ਦੇ ਅੰਦਰ ਮੀਟਿੰਗ ਹੋ ਗਈ ਹੈ। ਤੇ ਅਸੀਂ ਕੁਦਰਤੀ ਆ ਵੀ ਅਸੀਂ ਆ ਰਹੇ ਸੀ ਰਸਤੇ 'ਚ ਕਿਤੇ, ਤੇ ਉਹ ਠੀਕ ਦੱਸੇ ਆ ਵੀ ਕਈ ਵਾਰ ਬਈ ਸਾਨੂੰ ਉਸ ਮੀਡੀਏਟਰ ਨੇ ਸਾਰੀ ਗੱਲ ਦੱਸਤੀ ਵੀ ਤੁਹਾਡੇ ਮਸਲੇ ਵੀ ਕੱਲ੍ਹ ਹੀ ਆਉਣੇ, ਤੇ ਉਸ ਤੋਂ ਚਲੋ ਉਸ ਤੋਂ ਬਾਅਦ ਇਹ ਤਾਂ 6 ਉਹ 8 ਦਿਨਾਂ ਦੇ ਵਿੱਚ ਹੀ ਇਹ ਗੱਲ, ਜਿਹੜੇ ਆਪਣੇ ਮੰਡ ਸਾਹਿਬ ਬੈਠੇ ਸੀ ਉਹਨਾਂ ਨੂੰ ਇਹ ਗੱਲ ਸਰਕਾਰ ਨੇ ਸੁਨੇਹਾ ਦਿੱਤਾ ਵੀ ਜਿੰਨੀਆਂ ਵੀ ਤੁਸੀਂ ਮੰਗਾਂ ਮੰਨਦੇ ਹੋ ਅਸੀਂ 6 ਦਿਨ ਤੇ ਪੈਰ ਕਰ ਦਿੰਦੇ। ਲੇਕਿਨ ਹੋਈ ਕੀ ਗੱਲ, ਉੱਥੇ ਜਿੰਨੇ ਵੀ ਉੱਥੇ ਸੱਜਣ ਸੀ ਉਹ ਕਹਿੰਦੇ 6 ਮਹੀਨੇ ਚ ਤਾਂ ਅਜੇ ਸਾਡੀ 6 ਦਿਨ ਚ ਤਾਂ ਐਕਸਰਸਾਈਜ਼ ਨਹੀਂ ਹੋਈ, ਜਿਹੜੀ ਕਿ ਸ਼੍ਰੋਮਣੀ ਕਮੇਟੀ ਲਈ ਚਾਹੀਦੀ ਅੱਛਾ ਜਾਂ 2000 ਜਿਹੜੀ ਆ 19 ਦੀਆਂ ਲੋਕ ਸਭਾ ਦੀਆਂ ਚੋਣਾਂ ਉਹਨਾਂ ਲਈ ਚਾਹੀਦੀ ਆ, ਤਾਂ ਹੋਈ ਨੀ, ਤੇ ਉਹਨੂੰ ਲੰਬਾ ਖਿੱਚਿਆ ਗਿਆ ਜਾਣ। ਠੀਕ ਹੈ ਤੇ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਕਿ 8 ਦਿਨ ਦੇ ਵਿੱਚ ਹੀ ਉਹ ਜਿਹੜਾ 6 ਮਹੀਨੇ ਚ ਹੋਣਾ ਸੀ 8 ਦਿਨ ਚ ਵੀ ਸੰਗਤ ਸਰਕਾਰ ਨੇ ਕਰ ਲਿਆ ਸੀ ਪ੍ਰੋਗਰਾਮ ਤਾਂ, ਤੇ ਸੰਗਤ ਨੂੰ ਇਸ ਕਰਕੇ ਠੀਕ ਹੈ। ਤੇ ਮਤਲਬ ਚਲੋ ਆਪਾਂ ਹੁਣ ਮੁੜ ਕੇ ਉੱਥੇ ਆਉਂਦੇ ਵੀ ਜਿਹੜਾ ਇਸ ਵੇਲੇ ਹੁਣ ਫਿਰ ਜਿਹੜਾ ਆਪਾਂ ਪੁਰਾਣੀਆਂ ਚੀਜ਼ਾਂ ਖਰੀਦੀਏ ਤਾਂ ਉਹਦੇ ਵਿੱਚ ਕੁਛ ਨਾ ਕੁਛ ਨਿਕਲੀ ਆਉਣਾ, ਹਾਂਜੀ ਹਾਂ, ਪਰ ਇਸ ਵੇਲੇ ਆਪਾਂ ਮੇਨ ਮੁੱਦਾ ਹੈ ਸਿੱਖਾਂ ਦੀ ਰਿਹਾਈ ਦਾ, ਹਾਂਜੀ, ਉਹਦੇ ਲਈ ਮਤਲਬ ਹੁਣ ਜਿਹੜੇ ਸਰਕਾਰ ਦੇ ਐਲਾਨ ਕੀਤੇ ਸੀ ਉਹਦੇ ਸੰਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਜਾਂ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਜਥੇਬੰਦੀ ਜਾਂ ਤੁਸੀਂ ਕੁਝ ਕਰ ਰਹੇ ਆ ਇਹਦੇ ਲਈ ਕੀ ਹੁਣ ਨੈਕਸਟ ਸਟੈਪ ਕੀ ਆ? ਨੈਕਸਟ ਸਟੈਪ ਹੈ ਜਿਹੜਾ ਉਹ ਸਾਡਾ 2 ਤਰ੍ਹਾਂ ਦਾ ਸੀ, ਪਹਿਲਾਂ ਵੀ 2 ਤਰ੍ਹਾਂ ਦਾ ਸੀ, ਹੁਣ ਵੀ 2 ਤਰ੍ਹਾਂ ਦਾ। ਪਹਿਲਾਂ ਵੀ ਅਸੀਂ ਪਹਿਲਾ ਸਟੈਪ ਸੀ ਸਾਡਾ ਮਤਲਬ ਕਿ ਜੁਡੀਸ਼ਰੀ ਰਾਹੀਂ ਆਪਣੀ ਪੈਰਵਾਈ ਜਾਰੀ ਰੱਖਣੀ, ਤੇ ਦੂਜਾ ਸਟੈਪ ਸੀ ਇਹ ਵੀ ਪੋਲੀਟੀਕਲ ਲੈਵਲ ਤੇ ਅਪਰੋਚ ਕਰਕੇ ਜਿਹੜਾ ਸਰਕਾਰ ਨਾਲ ਕਿਸੇ ਚੈਨਲ ਤੋਂ ਗੱਲਬਾਤ ਤੋਰੀ ਜਾਵੇ। ਲੇਕਿਨ ਸਰਕਾਰਾਂ ਦੀਆਂ ਜਿਹੜੀ ਕੌਮਾਂ ਦੀਆਂ ਗੱਲਾਂ ਨੇ ਉਹ ਕਿਤੇ ਹੈਰਾਨ ਹੀ ਹੋ ਜਾਂਦਾ, ਤੇ ਅਸੀਂ ਅੱਜ ਵੀ ਇਸ ਦੀ ਉਮੀਦ ਕਰਦੇ ਹਾਂ ਵੀ ਸਰਕਾਰ ਹੈ ਜਿਹੜੀ ਉਹ ਇਸ ਗੱਲ ਨੂੰ ਸਮਝੇ ਬਈ ਜਿਹੜੇ ਪੁਰਾਣੇ ਚੱਲੇ ਕਾਰਤੂਸ ਲਿਆ ਕੇ ਸਿੱਖਾਂ ਦੇ ਸਿਰਾਂ ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਬੀਜੇਪੀ ਸਰਕਾਰ, ਉਹ ਪੰਜਾਬ ਦੇ ਸਿੱਖ ਐਕਸੈਪਟ ਨਹੀਂ ਕਰਦੇ। ਜੇ ਤੁਸੀਂ ਅਕਾਲ ਤਖ਼ਤ ਸਾਹਿਬ ਇਹਨਾਂ ਦੀ ਆੜ ਲੈ ਕੇ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਜਾਂ ਅਕਾਲ ਤਖ਼ਤ ਸਾਹਿਬ ਤੇ ਗਲਬਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬਹੁਤ ਬੁਰਾ ਬੁਰਾ ਦੇਸ਼ ਲਈ ਬੜਾ ਘਾਤਕ ਸਿੱਧ ਹੋਣਾ ਤੇ ਸਿੱਖਾਂ ਲਈ ਬੜਾ ਇਹ ਸਹਿਜ ਕਰ ਲੈਣਾ ਬਹੁਤ ਔਖਾ ਹੋ ਜਾਣਾ। ਸੈਂਟਰ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ, ਨੀਤੀ ਘਾੜਿਆਂ ਨੂੰ ਵੀ ਇਸ ਤੋਂ ਜਿੰਨਾ ਬਚਣਾ ਬਚ ਹੋਵੇ ਬਈ ਇਹ ਕੌਮ ਪੂਰੀ ਕੌਮ ਨਾਲ ਇਸ ਤਰ੍ਹਾਂ ਧੋਖਾ ਨਾ ਕਰਕੇ ਤੁਸੀਂ ਕੌਮ ਨੂੰ ਇਸ ਤਰ੍ਹਾਂ ਬੁੱਧੂ ਨਾ ਬਣਾਓ ਕਿ ਇੱਕ ਤਰ੍ਹਾਂ ਨਾਲ ਅਸੀਂ ਆਪਣੇ ਕਾਬੂ ਕੀਤੇ ਹੋਏ ਪਿੰਜਰੇ ਚ ਪਾਏ ਹੋਏ ਤੋਤੇ ਲਿਆ ਕੇ ਪੂਰੀ ਕੌਮ ਦੇ ਉੱਤੇ ਅਸੀਂ ਸਿਰ ਤੇ ਬਿਠਾ ਕੇ ਤੇ ਤੋਤਿਆਂ ਦੀ ਤਰ੍ਹਾਂ ਆਪਣੇ ਆਪ ਤੇ ਉਹ ਜਿਹੜੇ ਦਿੱਲੀ ਤੋਂ ਹੈਂਡਲ ਕਰਨੇ ਆ ਉਹ ਕਰਾਂਗੇ, ਇਹ ਬੜੀ ਉਹਨਾਂ ਦੀ ਗਲਤੀ ਹੋਊਗੀ, ਉਹਨਾਂ ਦਾ ਭੁਲੇਖਾ ਦੂਰ ਹੋ ਜਾਊਗਾ ਬੜੀ ਛੇਤੀ। ਜੰਗ ਸਿੰਘ ਜੀ ਜਿੱਦਾਂ ਹੁਣ ਅਮਿਤ ਸ਼ਾਹ ਨੇ ਜਦੋਂ ਆਪਣੇ
ਸਦਨ ਦੇ ਵਿੱਚ ਬਿਆਨ ਦਿੱਤਾ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬੜੇ ਕਰੜੇ ਸ਼ਬਦਾਂ ਚ ਕਿਹਾ ਵੀ ਅਸੀਂ ਇਹਦੇ ਲਈ ਸੰਘਰਸ਼ ਵੀ ਕਰਾਂਗੇ ਤੇ ਅਸੀਂ ਅਮਿਤ ਸ਼ਾਹ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਾਂਗੇ। ਉਸ ਤੋਂ ਬਾਅਦ ਕੋਈ ਉਹਨਾਂ ਦੀ ਐਕਟੀਵੇਟ ਵਿੱਤੀ ਹੋਈ ਜਾਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਸਰਕਾਰ ਨਾਲ ਜਾਂ ਅਕਾਲੀ ਦਲ ਇਹਦੇ ਲਈ ਕੋਈ ਸੰਘਰਸ਼ ਕਰ ਰਿਹਾ? ਮੈਂ ਇਹ ਸਵਾਲ ਪਹਿਲਾਂ ਵੀ ਕੀਤਾ ਵੀ ਜਥੇਦਾਰ ਸਾਹਿਬ ਵੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਬਿਆਨ ਆਇਆ ਸੀ ਵੀ ਸਿੱਖਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਵਿਰੋਧ ਸਿੱਖ ਕਰ ਹੀ ਰਹੇ ਆ, ਪਰ ਕੋਈ ਮੋਰਚਾ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਕਿਸੇ ਪਾਸੇ ਲਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ? ਮਤਲਬ ਇਕੱਲਾ ਇਕੱਲਾ ਸਿੱਖ ਵਿਰੋਧ ਕਰੀ ਜਾਊ? ਨਹੀਂ, ਜੇ ਇਕਜੁੱਟਤਾ ਦਾ ਜੇ ਸਬੂਤ ਹੋਣ ਜਾ, ਬਹੁਤ ਹਾਂ ਸਾਰੇ ਵੀਰੇ ਸਵਾਲ ਕਰਦੇ ਤੇ ਅਕਾਲ ਤਖ਼ਤ ਸਾਹਿਬ ਦੇ ਹਾਂ ਜਥੇਦਾਰ ਨੇ ਬਿਆਨ ਲਾ ਤਾ। ਹਾਂ ਜਿਹੜਾ ਜਥੇਦਾਰ ਹੈ ਕੌਮ ਦਾ, ਉਹ ਹਾਂ ਜੀ ਸੇਧ ਹੀ ਦਿੰਦਾ ਹੁੰਦਾ, ਉਹ ਹੀ ਹੁਕਮੇ ਕਰਦਾ ਹੁੰਦਾ, ਤੇ ਜਿਹੜਾ ਜੀ ਸੋਚਣਾ ਐਕਸ਼ਨ ਕਰਨਾ ਹੈ ਉਹ ਤਾਂ ਸਾਬਤ ਹਾਂ ਜਿਹੜੇ ਧਿਰਾਂ ਨੇ ਉਹਨਾਂ ਨੇ ਕਰਨਾ। ਹਾਂ ਜੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਵਾਤ ਕਹਾਉਂਦੀ ਹੈ, ਇਹਦਾ ਫਰਜ਼ ਬਣਦਾ ਵੀ ਉਹ ਅੱਗੇ ਲੱਗ ਕੇ ਇਹ ਕਾਰਜ ਕਰੇ, ਤੇ ਉਹਦਾ ਫਰਜ਼ ਆ, ਹਾਂ ਨੈਤਿਕ ਜੀ ਫਰਜ਼ ਆ, ਕਿਉਂਕਿ ਜਿੰਨੇ ਵੀ ਜੇਲ੍ਹਾਂ ਚ ਠੀਕ ਹੈ। ਬੰਦ ਹੈ ਉਹ ਸਿੰਘ ਹਾਂ ਕਿਸੇ ਨਿੱਜੀ ਦੁਸ਼ਮਣੀ ਲਈ ਨਹੀਂ ਗਏ, ਉਹਨਾਂ ਦਾ ਕਿਸੇ ਨਾਲ ਕੋਈ ਠੀਕ ਹੈ ਨਿੱਜੀ ਦੁਸ਼ਮਣੀ ਨਹੀਂ ਸੀ, ਤੇ ਇਹ ਪੰਥ ਨੇ ਮੋਰਚਾ ਲਾਇਆ ਓਕੇ ਸੀ, ਪੰਥ ਨੇ ਮੋਰਚਾ ਲਾਇਆ, ਠੀਕ ਹੈ ਤੇ ਪੰਥ ਦੀ ਖਾਤਰ ਜੇਲ੍ਹਾਂ ਹਾਂ ਕੱਟਣੇ, ਤੇ ਜਿਹੜੀ ਪੰਥ ਦੀ ਠੀਕ ਦਾਅਵੇਦਾਰ ਜਮਾਤ ਹੈ ਜਾਂ ਜਿਹੜਾ ਹਾਂ ਜੀ ਪੰਥ ਦਾ ਹਿੱਸਾ ਜਾਂ ਪੰਥ ਦਾ ਠੀਕ ਕਹਾਉਂਦਾ ਵੀ ਮੈਂ ਪੰਥ ਦਾ ਸੇਵਾਦਾਰ ਹੈ, ਉਹਨੂੰ ਉਹਦਾ ਹੁਕਮ ਉਹਦਾ ਹਾਂ ਫਰਜ਼ ਹੁੰਦਾ ਵੀ ਇਸ ਚੋਂ ਆਪਣਾ ਬਣਦਾ ਹਿੱਸਾ ਪਾਵੇ। ਇਹ ਕੋਈ ਬਕਾਇਆ ਇਹ ਨਹੀਂ ਆ ਵੀ ਫਲਾਣਾ ਧਿਰ ਦਾਵੇ ਮੋਰਚਾ ਫਲਾਣੀ, ਨਹੀਂ ਨਹੀਂ ਇਹ ਜਿਹੜਾ ਆਪਣੇ ਆਪ ਨੂੰ ਪੰਥਕ ਹਾਂ ਜੀ ਕਹਾਉਂਦਾ ਜਾਂ ਪੰਥ ਦਾ ਹਿੱਸਾ ਸਮਝਦਾ ਜਾਂ ਗੁਰੂ ਪੰਥ ਦਾ ਦਾਸ ਹਾਂ ਸਮਝਦਾ, ਉਹ ਜ਼ਰੂਰ ਆਪੋ ਆਪਣਾ ਠੀਕ ਬਾਂਦਾ ਹੈ ਪਾਵੇ ਤੇ ਭਾਵੇਂ ਇਕਜੁੱਟ ਹੋ ਕੇ ਪਾਵੇ ਤੇ ਭਾਵੇਂ ਕਿਸੇ ਵੀ ਤਰੀਕੇ ਨਾਲ ਉਹਨੂੰ ਜ਼ਰੂਰ ਹਿੱਸਾ ਪਾਉਣਾ ਚਾਹੀਦਾ। ਹਾਂਜੀ ਜੰਗ ਸਿੰਘ ਜੀ, ਜਿੱਦਾਂ ਮੈਨੂੰ ਪਤਾ ਲੱਗਾ ਸੀ ਵੀ ਆਪਣੇ ਥੋੜੇ ਦਿਨਾਂ ਵਾਸਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਹੋਣੀ ਵੀ ਪਰੋਲ ਤੇ ਆਏ ਹੋਏ ਆ, ਉਹਨਾਂ ਦੇ ਸੰਬੰਧ ਦੇ ਵਿੱਚ ਜਿੱਦਾਂ ਉਹਨਾਂ ਦੀਆਂ ਜਿਹੜੇ ਕਿਉਂਕਿ ਜਿੱਦਾਂ ਐਲਾਨ ਹੋਏ ਸੀ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬਾਹਰ ਆ ਜਾਣਗੇ, ਉਹਨਾਂ ਵੱਲੋਂ ਵੀ ਕੁਝ ਕਹਿਣਾ ਚਾਹੋਗੇ? ਨਹੀਂ, ਉਹ ਬੜੀ ਸਾਰੇ ਆਸਬੰਦ ਸੀਗੇ ਬਈ ਕੱਲਾ ਲਖਵਿੰਦਰ ਸਿੰਘ ਨਹੀਂ, ਸਾਰੇ ਸਿੰਘ ਇਸ ਤਰ੍ਹਾਂ ਦੇ, ਚਲੋ ਸਿੰਘ ਵੀ ਕਿਹਾ ਉਹਨਾਂ ਦੇ ਪਰਿਵਾਰ ਬੜੀ ਆਸਬੰਦ ਸੀ, ਬੱਚੇ ਕਿਸੇ ਦੇ ਬੱਚੇ ਨੇ, ਕਿਸੇ ਦੇ ਮਾਂ ਬਾਪ ਨੇ, ਬਜ਼ੁਰਗ ਕਿਸੇ ਦੇ ਭੈਣ ਭਾਈ ਨੇ, ਉਹ ਸਾਰੇ ਆਸਬੰਦ ਸੀਗੇ, ਉਹ ਵੀ ਆਸਬੰਦ ਸੀ, ਪੂਰਾ ਪੰਥ ਆਸਬੰਦ ਸੀ ਵੀ ਇੰਨੀ ਦੇਰ ਤੋਂ ਜਿਹੜੇ ਨੇ ਉਸ ਸਿੱਖ ਨੌਜਵਾਨ ਜੇਲ੍ਹਾਂ ਚ ਬੰਦ ਹੈ ਵੀ ਉਹ ਬਾਹਰ ਆਉਣਗੇ ਤੇ ਆ ਕੇ ਆਪਣਾ ਦੁਨੀਆਦਾਰੀ ਚ ਵਿਚਰਨਗੇ, ਪਰ ਨਹੀਂ ਹੋਇਆ। ਸਰਕਾਰ ਹਰ ਵਾਰ ਦੀ ਤਰ੍ਹਾਂ ਪਲਟਾ ਮਾਰ ਗਈ ਹੈ ਜਾਂ ਮੁੱਕਰ ਗਈ ਹੈ, ਜਿਵੇਂ ਉਹਦਾ ਸੁਭਾਅ ਹੈ ਦਿੱਲੀ ਸਰਕਾਰ ਦਾ, ਉਹ ਸਿੱਖਾਂ ਨੂੰ ਮਤਲਬ ਮਜ਼ਾਕ ਸਮਝਦੀ ਹੈ, ਸਿੱਖਾਂ ਨੂੰ ਇਸ ਤਰ੍ਹਾਂ ਮਜ਼ਾਕ ਸਮਝਦੀ ਹੈ ਵੀ ਜਿਵੇਂ ਸਿੱਖ ਮਜ਼ਾਕ ਦਾ ਪਾਤਰ, ਕਦੇ ਐਲਾਨ ਕਰ ਦਿੰਦੀ ਹੈ, ਕਦੇ ਆਪਣੀ ਮਰਜ਼ੀ ਤੇ ਬੈਕ ਨੂੰ ਲਫੁੱਟ ਤੇ ਲੈ ਜਾਂਦੀ ਹੈ ਤੇ ਕੀਤੇ ਹੁਕਮਾਂ ਨੂੰ ਡਿਨਾਈ ਵੀ ਕਰ ਦਿੰਦੀ ਹੈ ਬੇਸ਼ਰਮੀ ਨਾਲ। ਸੋ ਇਹ ਸਿੱਖਾਂ ਨੂੰ ਸਿੰਘ ਜਿਹੜੇ ਅੰਦਰ ਆ ਉਹਨਾਂ ਤੋਂ ਕੋਈ ਜ਼ਿਆਦਾ ਫਰਕ ਨਹੀਂ, ਉਹ ਚੜ੍ਹਦੀ ਕਲਾ ਚ ਨੇ, ਐਸੀ ਗੱਲ ਨਹੀਂ ਵੀ ਉਹਨਾਂ ਨੂੰ ਬਹੁਤ ਵੱਡਾ ਹੌਸਾ ਇੱਟਾ ਕਹਿੰਦੇ ਨਹੀਂ, ਐਸਾ ਕੁਛ ਨਹੀਂ ਹੈ, ਚੜ੍ਹਦੀ ਕਲਾ ਚ ਨੇ ਸਾਰੇ ਸਿੰਘ, ਚੜ੍ਹਦੀ ਕਲਾ ਚ ਨੇ, ਕੋਈ ਐਸੀ ਗੱਲ ਨਹੀਂ। ਹਾਂਜੀ ਆਖਿਰ ਦੇ ਵਿੱਚ ਆਵਾਜ਼ ਕੌਮ ਦੇ ਦਰਸ਼ਕਾਂ ਰਾਹੀਂ ਜਿੱਦਾਂ ਆਪਾਂ ਗੱਲਬਾਤ ਸਾਰੀ ਕੀਤੀ ਆ ਵਿਦੇਸ਼ਾਂ ਦੇ ਸਿੱਖ ਜੇ ਵਫਦ ਜਾਂਦੇ ਆ ਜਾਂ ਪੰਜਾਬ ਦੇ ਵੀ ਆ, ਤੇ ਮੇਰਾ ਇੱਕ ਸਵਾਲ ਵੀ ਆ ਵੀ ਕਿਉਂ ਨੀ ਇਕੱਠੇ ਹੋ ਕੇ ਜੇ ਮਿਲਣਾ ਵੀ ਆ ਸਰਕਾਰ ਨੂੰ ਤੇ ਸਾਰੀਆਂ ਜਥੇਬੰਦੀਆਂ ਚਾਹੇ ਨਰਮ ਦਲੀਆਂ ਆ ਚਾਹੇ ਗਰਮ ਦਲੀਆਂ ਆ ਵੀ ਇਕੱਠੇ ਹੋ ਕੇ ਕਿਉਂ ਨੀ ਮਿਲ ਰਹੀ? ਬੜਾ ਬੜਾ ਵਧੀਆ ਸਵਾਲ ਹੈ ਜੀ। ਜੇ ਇਸ ਤਰ੍ਹਾਂ ਹੋ ਜਾਵੇ ਸਾਰੇ ਜਥੇਬੰਦੀਆਂ ਦੇ ਇੱਕ ਵਫਦ ਬਣਾ ਕੇ
ਤੇ ਉਹ ਸੈਂਟਰ हाँ ਸਰਕਾਰ ਨੂੰ ਮਿਲੇ ਹੈ हाँ ਨਾ। ਤੇ ਬਈ ਉਹ ਇਹਨਾਂ ਹੋਰ ਕਈ ਮਸਲੇ ਨੇ ਜਿੱਥੇ ਬੰਦੀ हाँ ਸਿੰਘ ਰਿਹਾਈ ਦਾ ਮਚ ਰਿਹਾ ਮਸਲਾ, ਉੱਥੇ ਬਹੁਤ ਸਾਰੇ ਪੰਥ ਦੇ ਛੋਟੇ ਮੋਟੇ ਮਸਲੇ ਨੇ हाँ ਉਹਨਾਂ ਵਾਸਤੇ ਸਾਰੇ ਜਿਹੜੇ ਜਥੇਬੰਦੀਆਂ ਨੇ, हाँ ਚਾਹੇ जी ਉਹ ਨਰਮ ਦਲੀਏ ਚਾਹੇ ਉਹ ਗਰਮ ਦਲੀਏ, ਉਹ ਇੱਕ ਵਫਦ ਬਣਾ ਜੀ ਕੇ ਮਿਲਣ। ਚਾਹੇ ਉਹ ਵਿਦੇਸ਼ ਵੀ ਵਿੱਚ ਵੀ ਵੀਰ ਲੈ ਸਕਦੇ ਨੇ, ਇਧਰੋਂ ਵੀ ਲੈ ਸਕਦੇ, ਕਿਉਂਕਿ ਪੰਜਾਬ ਨਾਲ ਸੰਬੰਧਿਤ ਮਸਲੇ ਹੈ, ਕੁਛ हाँ ਮਸਲੇ ਪੰਜਾਬ ਨਾਲ ਸੰਬੰਧਿਤ ਹੈ, ਕੁਛ ਮਸਲੇ ਜਿਹੜੇ ਨੇ ਉਹ ਵਰਲਡ ਵਾਈਡ ਨੇ ਸਿੱਖਾਂ ਦੇ, ਉਹ ਸਾਰਿਆਂ ਦੀ ਵੀ ਠੀਕ ਗੱਲਬਾਤ ਹੋ ਠੀਕ ਸਕਦੀ ਹੈ, ਸਿੱਧੇ ਭਾਰਤ ਸਰਕਾਰ ਨਾਲ ਕਰਨੀ ਹੈ ਗੱਲਬਾਤ, ਤਾਂ ਐਲਾਨ ਕਰਕੇ ਕਰਨ, ਐਲਾਨੀਆਂ ਕਰਨ। ਜੇ ਸਰਕਾਰ ਇਸ ਤਰ੍ਹਾਂ ਮੁਕਰਦੀ ਵੀ ਹੈ ਤੇ ਪੂਰੀ ਤਰ੍ਹਾਂ ਇਸ ਗੱਲ ਦਾ ਐਕਸਪੋਜ਼ ਵੀ ਹੁੰਦੀ ਹੈ ਦੁਨੀਆ ਦੇ ਸਾਹਮਣੇ ਵੀ ਭਾਰਤ ਸਰਕਾਰ ਹੈ ਜਿਹੜੀ ਉਹ ਇੱਕ ਕਮਿਊਨਿਟੀ ਨਾਲ ਕਰਕੇ ਵਾਅਦਾ ਮੁਕਰਦੀ ਹੈ, ਤੇ ਇਹਦੇ ਨਾਲ ਇੰਟਰਨੈਸ਼ਨਲ ਪੱਧਰ ਤੇ ਭਾਰਤ ਸਰਕਾਰ ਦੀ ਬਦਨਾਮੀ ਵੀ ਹੁੰਦੀ ਹੈ ਜੇ ਚੋਰੀ ਛੋਰੀ ਛੁਪੇ ਮਿਲਦੇ ਹੈ। ਸ਼ਰੇਆਮ ਤੁਹਾਡਾ ਓਪਨਲੀ ਮਿਲਣਾ ਚਾਹੀਦਾ, ਪ੍ਰੈਸ ਕਾਨਫਰੰਸ ਕਰਕੇ ਮਿਲਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਓਪਨਲੀ ਲਲਕਾਰ ਕੇ ਮਿਲਣਾ ਚਾਹੀਦਾ ਕਿ ਤੁਸੀਂ ਜੇ ਤਾਂ ਦੇਖੋ, ਜੇ ਤਾਂ ਨਿੱਜੀ ਮਸਲਾ ਕੋਈ, ਜੇ ਤਾਂ ਬਿਲਕੁਲ ਇਸ ਤਰ੍ਹਾਂ ਦਾ, ਫਿਰ ਹਾਂ ਤਾਂ ਚੋਰੀ ਛਿਪੇ ਮਿਲੋ। ਜੇ ਤੁਹਾਨੂੰ ਲੱਗਦਾ ਵੀ ਇੱਕ ਤੋਂ ਠੀਕ ਵੱਧ ਹੈ ਮਸਲਾ ਤੇ ਕੌਮੀ ਮਸਲੇ ਇੱਕ ਤੋਂ ਵੱਧ ਨੇ, ਤਾਂ ਤੁਸੀਂ ਇੱਥੇ ਦੇ ਜਥੇਬੰਦੀ ਹੈ, ਬਹੁਤ ਸਾਰੇ ਸਿੱਖ ਲੀਡਰਸ਼ਿਪ ਇੱਥੇ ਬੈਠੀ ਹੈ, ਹਾਂਜੀ ਇਹ ਬਹੁਤ ਸਾਰੇ ਵਿਦੇਸ਼ਾਂ 'ਚ ਬੈਠੇ, ਉਹਨਾਂ ਦਾ ਵਫਦ ਠੀਕ ਬਣਾ ਕੇ ਮਿਲੋ ਤੇ ਬਕਾਇਦਾ ਕਾਨਫਰੰਸ ਹਾਂ ਪਹਿਲਾਂ ਜਾਣ ਤੋਂ ਪਹਿਲਾਂ ਉਹਦੇ ਠੀਕ ਬਾਅਦ ਕਰੋ, ਤੇ ਵੀ ਆਹ ਮਸਲਿਆਂ ਤੇ ਗੱਲਬਾਤ ਹੋਈ ਆ, ਉਸ ਤੋਂ ਪਹਿਲਾਂ ਪੂਰੀ ਕੌਮ ਨੂੰ ਦੱਸੋ ਵੀ ਇਹਨਾਂ ਇਹਨਾਂ ਮਸਲਿਆਂ ਤੇ ਅਸੀਂ ਗੱਲਬਾਤ ਚੱਲ ਰਹੀ ਹੈ, ਤਾਂ ਕਿ ਪੂਰ�ी ਕੌਮ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਮਸਲਿਆਂ ਤੇ ਬਹਿਸ ਹੋ ਸਕੇ ਤੇ ਇੱਕ ਰਾਏ ਬਣ ਸਕੇ, ਲੋਕ ਰਾਏ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਣ ਸਕੇ, ਤੇ ਉਹ ਜਦੋਂ ਫੈਸਲਾ ਆਵੇ ਤੇ ਉਹਦੇ ਬਾਰੇ ਕਿਸੇ ਨੂੰ ਸ਼ੰਕਾ ਨਾ ਰਹੇ ਵੀ ਕੀ ਹੈ ਗੱਲ ਹੋਈ ਆ ਕੀ ਨਹੀਂ ਹੋਈ। ਹੁਣ ਬੜੇ ਸ਼ੰਕੇ ਉੱਭਰ ਕੇ ਸਾਹਮਣੇ ਆਏ ਨੇ ਤੇ ਬੜਾ ਕੁਝ ਹੋ ਰਿਹਾ ਜਿਹਦੇ ਨਾਲ ਸਾਨੂੰ ਤਾਂ ਕੋਈ ਫਾਇਦਾ ਨਹੀਂ, ਹਾਂ ਭਾਰਤ ਸਰਕਾਰ ਨੂੰ ਇਹਦੇ ਨਾਲ ਹਾਂ ਬੜਾ ਫਾਇਦਾ ਹੋਇਆ ਕਿ ਉਹ ਸਿੱਖਾਂ ਨੂੰ ਜਿੱਥੇ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾਵਾਂ ਨੂੰ ਸ਼ੱਕ ਦੇ ਘੇਰੇ ਚਲਾਏ ਨੇ, ਉੱਥੇ ਆਪਸ ਵਿੱਚ ਹੀ ਸਿੱਖਾਂ ਦੇ ਠੀਕ ਬੜਾ ਸ਼ੱਕ ਦੇ ਮਤਲਬ ਬੀਜ ਬੀਜਦੇ ਆ, ਤਾਂ ਕਿ ਹਾਂ ਸਿੱਖ ਆਪਸ ਵਿੱਚ ਇਸ ਮਸਲੇ ਤੇ ਲੜੀ ਜਾਣ। ਹਰ ਵਿਅਕਤੀ ਅੱਜ ਕੱਲ੍ਹ ਮਤਲਬ ਇੱਕ ਦੂਸਰੇ ਨੂੰ ਸ਼ੱਕੀ ਨਜ਼ਰ ਨਾਲ ਦੇਖ ਰਿਹਾ ਵੀ ਇਹ ਵੀ ਸਰਕਾਰ ਨਾਲ ਰਲਿਆ, ਇਹ ਵੀ ਸਰਕਾਰ ਨਾਲ ਬਣਾ ਰਲਿਆ, ਬਣਾ ਬਣਾ ਇਦਾਂ ਦੀ ਬਣਾ ਠੀਕ। ਦਿੱਤਾ ਇਹ ਯਾਰ। ਹਾਂਜੀ ਜੰਗ ਸਿੰਘ ਜੀ, ਆਖਿਰ ਦੇ ਵਿੱਚ ਤੁਸੀਂ, ਕਿਉਂਕਿ ਸਮਾਂ ਵੀ ਪੰਜਾਬ ਦੇ ਵਿੱਚ ਕਾਫੀ ਹੋ ਗਿਆ ਆ, ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਅਵਾਜ਼ ਕੌਮ ਟੀਵੀ ਵੱਲੋਂ। ਆਖਿਰ ਦੇ ਵਿੱਚ ਮੈਂ ਕੋਈ ਸਵਾਲ ਨਾ ਕੀਤਾ ਹੋਵੇ ਲੇਕਿਨ ਤੁਹਾਡੇ ਮਨ ਚ ਹੋਵੇ, ਮੈਂ ਆਹ ਗੱਲ ਆਪਣੇ ਦਰਸ਼ਕਾਂ ਨੂੰ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣੀ ਆ, ਤੇ ਉਹ ਜ਼ਰੂਰ ਦੱਸ ਸਕਦੇ ਹੋ। ਨਹੀਂ ਜੀ, ਮੇਰੇ ਐਸਾ ਕੋਈ ਨਹੀਂ, ਆਪਾਂ ਤਕਰੀਬਨ ਸਾਰਿਆਂ ਤੇ ਹੀ ਜਿਹੜੀ ਆ ਪੰਛੀ ਝਾਤ ਹੈ ਜਿਹੜੀ ਕੁਛ ਗੱਲਾਂ ਨੇ ਉਹ ਕਰ ਲਈਆਂ ਨੇ, ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਆਵਾਜ਼ ਕੌਮ ਟੀਵੀ ਦਾ, ਹਾਂ ਤੇ ਜੀ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ। ਜੇ ਕੋਈ ਘੱਟ ਵੱਧ ਕੋਈ ਬਚਨ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵੇ, ਮੈਂ ਹਾਂ ਜੀ ਹੱਥ ਬੰਨ ਕੇ ਬੜੀ ਨਿਮਰਤਾ ਸਹਿਤ ਖਿਮਾ ਮੰਗਦਾ। ਮੇਰਾ ਮਨ, ਮੇਰਾ ਕੋਈ ਜਿਹੜਾ ਮਨ ਹੈ ਜਾਂ ਮੇਰਾ ਟੀਚਾ ਕਿਸੇ ਦਾ ਦਿਲ ਦਿਖਾਉਣਾ ਨਹੀਂ ਸੀ, ਕਿਉਂਕਿ ਠੀਕ ਬੜੀਆਂ ਇਸ ਗੱਲ ਦੇ ਕੌਮੀ ਹਿੱਤ ਖਾਤਰ ਕੁਛ ਗੱਲਾਂ ਜਿਹੜੀਆਂ ਉਹ ਬੋਲਣੀਆਂ ਪਈਆਂ ਤੇ ਬੋਲਣੀਆਂ ਚਾਹੀਦੀਆਂ ਵੀ ਹੈ, ਤੇ ਸਮਾਂ ਰਹਿੰਦੇ ਬੋਲਣੀਆਂ ਚਾਹੀਦੀਆਂ, ਉਸ ਤੋਂ ਬਾਅਦ ਸੱਪ ਨਿਕਲ ਜਾਏ ਲਕੀਰ ਕੁੱਟਣੀ ਨਹੀਂ ਚਾਹੀਦੀ, ਤੇ ਇਸ ਕਰਕੇ ਮੈਨੂੰ ਕੁਛ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਬੇਵਾਕ ਕਰਨੀਆਂ ਪਈਆਂ, ਤੇ ਮੈਨੂੰ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਇਹਨਾਂ ਗੱਲਾਂ ਨਾਲ, ਮੈਂ ਉਹ ਤੋਂ ਖਿਮਾ ਦਾ ਜਾਚਕ ਹੱਥ ਬੰਨ ਕੇ, ਤੇ ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਵਾਹਿਗੁਰੂ ਵਾਹਿਗੁਰੂ ਜੀ ਕੀ ਖਾਲ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕੋ, ਇਹ ਸਨ ਭਾਈ ਜੰਗ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਕੀਤੀ ਹੈ ਗੱਲਬਾਤ, ਉਹਨਾਂ ਦੇ ਵਿਚਾਰ ਅਸੀਂ ਰੱਖੇ ਆ ਤੁਹਾਡੀ ਕਚਹਿਰੀ ਦੇ ਵਿੱਚ, ਫੈਸਲਾ ਤੁਹਾਡੇ ਹੱਥ ਹੈ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ